ਉਸਕੋ ਤੁਮ ਗਵਾਹ ਨਾ ਦੋ। ਹਾਲੇਲੂਇਆ। ਪੰਜਾਬੀ ਦੇ ਵਿੱਚ ਹੀ ਪੜ੍ਹਦੇ ਹਾਂ। ਹਾਲੇਲੂਇਆ। ਆਪਣੇ ਵਿਸ਼ੇ ਮੇ ਚੌਕਸ ਰਹੋ ਕਿ ਤੁਮ ਜੋ ਪ੍ਰਿਕਸ਼ਮ ਕਿ ਜੋ ਪ੍ਰਿਕਸ਼ਮ ਹਮਨੇ ਕੀਆ ਹੈ ਉਸਕੋ ਤੁਮ ਨਾ ਬਿਗਾੜੋ, ਵਰਨ ਉਸਕਾ ਪੂਰਾ ਪੂਰਾ ਪ੍ਰਤੀਫਲ ਪਾਓ। ਜੋ ਕੋਈ ਆਗੇ ਬੜ ਜਾਤਾ ਹੈ ਔਰ ਮਸੀਹ ਕੀ ਸ਼ਿਕਸ਼ਾ ਮੇ ਬਣਾ ਨਹੀਂ ਰਹਿਤਾ, ਉਸਕੇ ਪਾਸ ਪਰਮੇਸ਼ਵਰ ਨਹੀਂ। ਜੋ ਕੋਈ ਉਸਕੀ ਸ਼ਿਕਸ਼ਾ ਮੇ ਸਥਿਰ ਰਹਿਤਾ ਹੈ ਉਸਕੇ ਪਾਸ ਪਿਤਾ ਵੀ ਹੈ, ਪੁੱਤਰ ਵੀ ਹੈ। ਹਾਲੇਲੂਇਆ। ਸੋ ਅਸੀਂ ਬੜੇ ਤਸੱਲੀ ਦੇ ਨਾਲ ਅਸੀਂ ਸਿੱਖਿਆ ਸੀ ਕਿ ਖੁਦਾਵੰਦ ਖੁਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਨੂੰ ਪਿਆਰ ਕਰਦਾ ਹੈ, ਜਿਨ੍ਹਾਂ ਦੇ ਲਈ ਉਹਦੀ ਅਨੰਤ ਯੋਜਨਾ ਹੈ, ਜਿਨ੍ਹਾਂ ਨੂੰ ਉਹ ਹਮੇਸ਼ਾ ਦੀ ਜ਼ਿੰਦਗੀ ਦੇਣਾ ਚਾਹੁੰਦਾ ਹੈ, ਜਿਨ੍ਹਾਂ ਦੇ ਲਈ ਉਹਨੇ ਸਾਰਾ ਪ੍ਰਬੰਧ ਕੀਤਾ ਆ, ਉਹਨਾਂ ਦੇ ਲਈ ਖੁਦਾ ਦੇ ਦਿਲ ਦੀ ਇਹ ਚਾਹਤ ਆ ਕਿ ਉਹ ਹਮੇਸ਼ਾ ਚੌਕਸ ਰਹਿਣ। ਕੀ ਰਹਿਣ ਜੀ? ਉਹ ਹਮੇਸ਼ਾ ਕੀ ਰਹਿਣ? ਚੌਕਸ ਰਹਿਣ, ਸਾਫਦਾਰ ਰਹਿਣ, ਸਤਰਕ ਰਹਿਣ, ਕਿਉਂਕਿ ਵਚਨ ਦੇ ਵਿੱਚ ਲਿਖਿਆ ਤੁਹਾਡਾ ਵਿਰੋਧੀ ਸ਼ੈਤਾਨ ਪਾੜ ਖਾਣ ਵਾਲੇ ਸ਼ੇਰ ਵਾਂਗੂ ਭਾਲਦਾ ਫਿਰਦਾ ਆ ਵੀ ਕਿਹਨੂੰ ਪਾੜ ਖਾਵੇ। ਤੁਸੀਂ ਉਹਦੀਆਂ ਯੁਕਤੀਆਂ ਤੋਂ ਨਾ ਵਾਕਫ ਨਹੀਂ ਹੋ, ਤੁਸੀਂ ਉਹਦੀਆਂ ਸਾਰੀਆਂ ਚਾਲਾਂ ਨੂੰ ਅੱਛੀ ਤਰ੍ਹਾਂ ਜਾਣਦੇ ਹੋ, ਸਮਝਦੇ ਹੋ। ਇਸ ਲਈ ਦੁਸ਼ਮਣ ਤੋਂ ਤੁਹਾਨੂੰ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਹੈ। ਸੋ ਕਿਹੜੇ ਪਾਸਿਓਂ ਉਹ ਕਿਸ ਤਰੀਕੇ ਨਾਲ ਕਿੱਦਾਂ ਦਾ ਵੱਲ ਛੱਲ ਪਾ ਲਵੇ ਕੋਈ ਜਾਣਦਾ ਨਹੀਂ ਹੈ। ਔਰ ਸ਼ੈਤਾਨ ਦੇ ਵਿਖੇ ਅਸੀਂ ਬਹੁਤ ਗਹਿਰਾਈ ਦੇ ਵਿੱਚ ਸਿੱਖ ਚੁੱਕੇ ਹਾਂ ਪਹਿਲਾਂ ਵੀ ਕਿ ਉਹਦੇ ਕੰਮ ਕਰਨ ਦਾ ਤਰੀਕਾ ਕਿਹੋ ਜਿਹਾ ਆ। ਵਚਨ 'ਚ ਲਿਖਿਆ ਵੀ ਉਹ ਚੁਣਿਆ ਹੋਇਆਂ ਨੂੰ ਵੀ ਭਰਮਾ ਲੈਂਦਾ ਹੈ। ਕੀ ਕਰਦਾ ਭਲਾ? ਚੁਣਿਆ ਹੋਇਆਂ ਨੂੰ, ਜਿਹੜੇ ਡੱਗ ਮਗਾਏ ਜੇ ਵਿਚਾਰੇ ਅੱਧ ਖੜ ਜੇ ਆ ਉਹਨਾਂ ਦੀ ਤਾਂ ਗੱਲ ਬੜੀ ਦੂਰ ਦੀ ਆ। ਜਿਹੜੇ ਚੁਣੇ ਹੋਏ ਨਾ, ਜਿਨ੍ਹਾਂ ਤੋਂ ਪ੍ਰਭੂ ਨੇ ਬੜਾ ਕੰਮ ਲਿਆਇਆ, ਜਿਨ੍ਹਾਂ ਨੂੰ ਪ੍ਰਭੂ ਨੇ ਦੁਨੀਆਂ ਦੇ ਅੱਗੇ ਇੱਕ ਨਿਸ਼ਾਨ ਬਣਾ ਕੇ ਖੜਾ ਕੀਤਾ ਆ, ਉਹ ਇਹੋ ਜਿਹੇ ਲੋਕਾਂ ਨੂੰ ਵੀ ਕੀ ਕਰਦਾ ਹੈ ਭਲਾ? ਭਰਮਾ ਲੈਂਦਾ ਹੈ। ਉਹਦਾ ਕੰਮ ਹੀ ਇੱਕੋ ਆ ਕਿ ਕੋਈ ਨਜ਼ਾਤ ਨੂੰ ਨਾ ਪਾਵੇ। ਉਹ ਇੱਕੋ ਹੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਕਿ ਕੋਈ ਉਸ ਮੁਕਤੀ ਨੂੰ ਨਾ ਪਾ ਸਕੇ ਜਿਹਦੇ ਲਈ ਖੁਦਾਵੰਦ ਖੁਦਾ ਨੇ ਪ੍ਰਭੂ ਯਸੂ ਮਸੀਹ ਦੇ ਵਸੀਲੇ ਦੇ ਨਾਲ ਇਹ ਸਾਰਾ ਇੰਤਜ਼ਾਮ ਕੀਤਾ ਹੋਇਆ। ਸ਼ੈਤਾਨ ਨੂੰ ਕੋਈ ਪ੍ਰੋਬਲਮ ਨਹੀਂ ਹੈ। ਕੋਈ ਬਿਮਾਰ ਚੰਗਾ ਹੋਵੇ ਖੁਸ਼ ਹੁੰਦਾ, ਬਿਮਾਰ ਦੇ ਚੰਗੇ ਹੋਣ ਦੇ ਵਿੱਚ ਸ਼ੈਤਾਨ ਨੂੰ ਕੋਈ ਪ੍ਰੋਬਲਮ ਨਹੀਂ। ਕਿਸੇ ਦੇ ਉੱਨਤੀ ਤਰੱਕੀ ਮਿਲਣ ਦੇ ਵਿੱਚ ਸ਼ੈਤਾਨ ਨੂੰ ਕੋਈ ਪ੍ਰੋਬਲਮ ਨਹੀਂ ਹੈ। ਕੋਈ ਅੱਛਾ ਸੁਣਾ ਰਿਹਾ ਹੈ ਸ਼ੈਤਾਨ ਨੂੰ ਕੋਈ ਪ੍ਰੋਬਲਮ ਨਹੀਂ ਹੈ। ਕੋਈ ਅੱਛਾ ਗਾ ਰਿਹਾ ਹੈ ਸ਼ੈਤਾਨ ਨੂੰ ਕੋਈ ਪ੍ਰੋਬਲਮ ਨਹੀਂ ਹੈ। ਕੋਈ ਅੱਛਾ ਵਜਾ ਰਿਹਾ ਹੈ ਸ਼ੈਤਾਨ ਨੂੰ ਕੋਈ ਪ੍ਰੋਬਲਮ
ਨਹੀਂ ਹੈ ਕੋਈ ਦੱਬ ਕੇ ਦਾਨ ਦੇ ਰਿਹਾ ਹੈ ਸ਼ੈਤਾਨ ਨੂੰ ਕੋਈ ਪ੍ਰੋਬਲਮ, ਨਹੀਂ ਹੈ ਕੋਈ ਲਗਾਤਾਰ ਸੰਗਤੀ ਦੇ ਵਿੱਚ ਵੀ ਆਉਂਦਾ ਹੈ ਸ਼ੈਤਾਨ ਨੂੰ ਕੋਈ ਪ੍ਰੋਬਲਮ ਨਹੀਂ ਹੈ। ਉਹਦੀ ਇੱਕੋ ਹੀ ਕੋਸ਼ਿਸ਼ ਆ, ਇਨਸਾਨ ਉਹ ਨਾ ਕਰੇ ਜਿਹਦੇ ਨਾਲ ਉਹਦੀ ਨਜ਼ਾਤ ਹੋਵੇ। ਆਦਮ ਤੇ ਹਵਾ ਬਾਗੇ ਅਦਨ ਦੇ ਵਿੱਚ ਰਹਿਣ, ਇਹਦੇ ਨਾਲ ਵੀ ਉਹਨੂੰ ਕੋਈ ਪ੍ਰੋਬਲਮ ਨਹੀਂ ਆ। ਉਹਦਾ ਮੇਨ ਮਕਸਦ ਆਦਮ ਤੇ ਹਵਾ ਨੂੰ ਬਾਗੇ ਅਦਨ ਦੇ ਵਿੱਚੋਂ ਕੱਢਣਾ ਜਾਂ ਕਢਾਉਣਾ ਨਹੀਂ। ਸ਼ੈਤਾਨ ਦਾ ਬਾਗੇ ਅਦਨ ਚ ਆਉਣਾ, ਉਹਦਾ ਮੁੱਖ ਵਿਸ਼ਾ ਇਹ ਨਹੀਂ ਹੈ ਕਿ ਉਹ ਸਿਰਫ ਇਸ ਲਈ ਆਇਆ ਸੀਗਾ ਕਿ ਖੁਦਾ ਆਦਮ ਤੇ ਹਵਾ ਨੂੰ ਬਾਗੇ ਅਦਨ ਦੇ ਵਿੱਚੋਂ ਕੱਢ ਦੇਵੇ, ਇਹ ਕੋਈ ਵੱਡੀ ਗੱਲ ਨਹੀਂ ਸੀ। ਉਹਦਾ ਮਕਸਦ ਇਹ ਸੀਗਾ ਖੁਦਾ ਆਦਮ ਤੇ ਹਵਾ ਨੂੰ ਦਿਲ ਦੇ ਵਿੱਚੋਂ ਕੱਢੇ। ਫਿਰ ਮੈਂ ਰਿਪੀਟ ਕਰੂੰਗਾ, ਵਿਰੋਧੀ ਸ਼ੈਤਾਨ ਜਿਹੜਾ ਪਾੜ ਖਾਣ ਵਾਲੇ ਸ਼ੇਰ ਵਾਂਗੂ ਭਾਲਦਾ ਫਿਰਦਾ ਆ, ਉਹਦਾ ਮਕਸਦ ਬਾਗੇ ਅਦਨ ਚੋਂ ਬਾਹਰ ਕਢਾਉਣਾ ਨਹੀਂ ਸੀ। ਉਹਦਾ ਮਕਸਦ ਪਰਮੇਸ਼ੁਰ ਦੇ ਦਿਲ ਦੇ ਵਿੱਚ ਇਸ ਮਨੁੱਖ ਦੇ ਲਈ ਜਿਹੜੀ ਚਾਹਤ, ਜਿਹੜਾ ਪ੍ਰੇਮ, ਜਿਹੜੀ ਅਨੰਤ ਯੋਜਨਾ ਸੀ, ਇਹ ਉਹਦੇ ਦਿਲ ਦੇ ਵਿੱਚੋਂ ਨਿਕਲ ਜਾਂਦਾ। ਸੋ ਜਦੋਂ ਇਹ ਦਿਲ ਦੇ ਵਿੱਚੋਂ ਨਿਕਲ ਗਿਆ ਤੇ ਖੁਦਾ ਫਿਰ ਇਹਦੇ ਨਾਲ ਸੰਬੰਧ ਬਣਾਵੇਗਾ, ਬਣਾਵੇਗਾ ਨਹੀਂ। ਕਈ ਵਾਰੀ ਕਹਿੰਦੇ ਤੂੰ ਤੇ ਸਾਡੇ ਦਿਲੋਂ ਹੀ ਉਤਰ ਗਿਆ। ਹਾਂਜੀ, ਕੀ ਹੋ ਗਿਆ ਭਲਾ? ਤੂੰ ਸਾਡੇ ਦਿਲੋਂ ਹੀ ਉਤਰ ਗਿਆ? ਦਿਲੋਂ ਐਵੇਂ ਨਹੀਂ ਉਤਰ ਜਾਂਦਾ, ਬੜਾ ਲੰਬਾ ਸਮਾਂ ਲੱਗਦਾ ਹੈ ਜਦੋਂ ਕੋਈ ਦਿਲੋਂ ਉਤਰੇ। ਇੱਕ ਦੋ ਚਾਰ ਦਸ ਵੀਹ ਵਾਰੀ ਨਹੀਂ, ਬੜਾ ਲੰਬਾ। ਰਾਤੀ ਅਸੀਂ ਪੜ੍ਹਿਆ ਸੀ, ਇੱਕ ਵਾਰੀ ਫਿਰ ਪੜ੍ਹ ਲਈਏ, ਦੂਸਰਾ ਪੁੱਤਰਸ 3 ਅਧਿਆਇ ਉਹਦੀ 9 ਆਇਤ, ਜਲਦੀ ਜਲਦੀ ਨਾਲ ਪੜ੍ਹਾਂਗੇ। ਮੈਂ ਪੜ੍ਹ ਦਿੰਦਾ, ਪ੍ਰਭੂ ਆਪਣੀ ਪ੍ਰਤਿਗਿਆ ਕੇ ਵਿਸ਼ੇ ਮੈਂ ਦੇਰ ਨਹੀਂ ਕਰਦਾ। ਉਹ ਜੋ ਕਰਨਾ ਚਾਹੁੰਦਾ ਉਹਦੇ ਵਿਖੇ ਦੇਰ ਨਹੀਂ ਕਰਦਾ। ਕਈ ਲੋਕੀ ਤਾਂ ਸੋਚਦੇ ਵੀ ਸ਼ਾਇਦ ਪ੍ਰਭੂ ਦੇਰ ਕਰ ਰਿਹਾ, ਨਾ, ਵਚਨ ਦੱਸਦਾ ਉਹ ਦੇਰ ਨਹੀਂ ਕਰਦਾ। ਜੈਸੀ ਕਿਤਨੇ ਲੋਕ ਸਮਝਦੇ ਹੈ, ਪਰ ਜਿਹਨੂੰ ਲੋਕੀ ਦੇਰੀ ਸਮਝਦੇ ਆ ਉਹਨੂੰ ਸਮਝੀ ਉਹ ਹੈ ਕੀ ਹੈ। ਲੋਕੀ ਕਹਿੰਦੇ ਆਹ ਤੇ ਏਡਾ ਦੁਸ਼ਟ ਸੀ, ਇਹਨੂੰ ਤੇ ਰੱਬ ਨੂੰ ਮਾਰ ਦੇਣਾ ਚਾਹੀਦਾ ਸੀ, ਇਹਦੇ ਤੇ ਜਿੰਦਾ ਰਹਿਣ ਦਾ ਕੋਈ ਹੱਕ ਹੀ ਨਹੀਂ ਹੈ। ਇਹਨੂੰ ਰੱਬ ਬਰਦਾਸ਼ਤ ਕਿੱਦਾਂ ਕਰਦਾ ਪਿਆ? ਅਸੀਂ ਫਟਾਫਟ ਨਿਰਣੇ ਲੈਂਦੇ ਨਾ, ਇਹਦਾ ਤੇ ਕੰਮ ਹੋ ਜਾਣਾ ਚਾਹੀਦਾ। ਹਾਂਜੀ, ਇਹਦੇ ਉੱਤੇ ਸਜ਼ਾ ਆ ਜਾਣੀ ਚਾਹੀਦੀ, ਇਹਦੇ ਉੱਤੇ ਕਰਸ ਆ ਜਾਣਾ ਚਾਹੀਦਾ, ਇਹਨੂੰ ਤੇ ਰੱਬ ਨੂੰ ਆਕਾਸ਼ੋਂ ਅੱਗ ਸੁੱਟ ਕੇ ਤੇ ਇਹਨੂੰ ਨਸ਼ਟ। ਅਸੀਂ ਸੋਚ ਸਕਦੇ ਹਾਂ, ਲੇਕਿਨ ਖੁਦਾ ਦਾ ਸੋਚਣਾ ਇਹੋ ਜਿਹਾ ਨਹੀਂ ਆ। ਉਹ ਤੇ ਰਾਤੀ ਸਿੱਖਿਆ ਸੀ ਨਾ, ਆਪ ਭੇਜਦਾ ਹੈ ਯੂਨਾ ਨਬੀ ਨੂੰ, ਜਾ ਕੇ ਨੀਨਵਾ ਸ਼ਹਿਰ ਦੇ ਵਿਰੁੱਧ ਨਬੂਵਤ ਕਰ ਕਿ ਮੈਂ ਤੁਹਾਨੂੰ ਬਰਬਾਦ ਕਰ ਦੇਵਾਂਗਾ। ਆਪ ਕਹਿੰਦਾ ਹੈ, ਬਰਬਾਦ ਕਰਨ ਦਾ ਖਾਣ ਵੀ ਲਿਆ ਆਇਆ, ਤੇ ਜੇ ਬਰਬਾਦ ਕਰਨਾ ਫਿਰ ਕਰਦੇ, ਫਿਰ ਯੂਨਾ ਨੂੰ ਉੱਥੇ ਭੇਜਣ ਦੀ ਲੋੜ ਕੀ ਹੈ? ਅੱਜ ਕਈ ਵਾਰੀ ਕਲੀਸਿਆ ਚ ਲੋਕੀ ਕਹਿੰਦੇ ਕੋਈ ਗੱਲ ਨੀ, ਜੋ ਹੋਊਗਾ ਫਿਰ ਦੇਖੀ ਜਾਊਗੀ, ਜਿੱਥੇ ਸਾਰੇ ਪਿੰਡ ਦਾ ਚੋਣਾ ਉੱਥੇ ਬਾਪੂ ਦੀ ਬੱਚੀ। ਹਾਂਜੀ, ਜਿੱਥੇ ਸਾਰੀ ਦੁਨੀਆਂ ਨੇ ਜਾਣਾ ਫਿਰ ਉੱਥੇ ਅਸੀਂ ਵੀ ਚਲੇ ਜਾਵਾਂਗੇ। ਸਾਡਾ ਨਿਰਣੇ ਹੁੰਦਾ ਫਟਾਫਟ, ਰੱਬ ਹੁਣੇ ਇਹਨੂੰ ਸਜ਼ਾ ਦੇ ਦੇਵੇ, ਰੱਬ ਇਹਦੇ ਤੇ ਹੁਣੇ ਨਰਕ ਤੋਂ ਇਹਦਾ ਐਲਾਨ ਕਰ ਦੇ ਵੀ ਆ ਜਾ ਭੱਜਿਆ ਫਟਾਫਟ, ਤੇਰੀ ਜ਼ਰੂਰਤ ਹੈ, ਰੱਬ ਆਕਾਸ਼ੋਂ ਅੱਗ ਸੁੱਟ ਦੇਵੇ। ਇੱਦਾਂ ਨਹੀਂ ਕਰਦਾ, ਉਹਦੇ ਕੰਮ ਕਰਨ ਦਾ ਆਪਣਾ ਇੱਕ ਤਰੀਕਾ ਹੈ। ਹਾਲੇਲੂਇਆ, ਕਿਉਂਕਿ ਉਹ ਲੋਕਾਂ ਨੂੰ ਲੱਗਦਾ ਰੱਬ ਨਿਰਦਈ ਹੈ। ਲੋਕਾਂ ਨੂੰ ਕੀ ਲੱਗਦਾ? ਬੋਲਾ, ਰੱਬ ਬੜਾ ਨਿਰਦਈ ਹੈ।
ਲੇਕਿਨ ਰੱਬ ਨਿਰਦਈ ਨਹੀਂ ਆ। ਰੱਬ ਬੜਾ ਹੀ ਧੀਰਜਵਾਨ ਪਰਮੇਸ਼ਵਰ ਆ, ਹਾਲੇ ਲੋਈ ਬੜਾ ਲੰਬਾ ਸਬਰ ਆ ਉਹਦੇ ਕੋਲ। ਐਵੇਂ ਨੀ ਪਤਰਸ ਨੂੰ ਕਹਿੰਦਾ, ਪਤਰਸ ਨੇ ਤੇ ਫਟਾਫਟ ਛੁੱਟਣ ਦੇ ਲਈ ਕਿਹਾ ਨਾ, ਕਹਿੰਦਾ ਮੇਰਾ ਭਰਾ ਕਿੰਨੀ ਵਾਰੀ ਮੇਰਾ ਪਾਪ ਕਰੇ, ਨਾਲ ਹੀ ਕਹਿੰਦਾ ਵੀ ਫਟਾਫਟ ਨਿਰਣੇ ਵੀ ਸਾਰੇ ਵੀ ਕੀ 7 ਵਾਰੀ ਵੀ 8ਵੀਂ ਵਾਰੀ ਫਿਰ ਕੁੱਟਾਂਗੇ ਰੱਜ ਕੇ। ਹਾਂਜੀ ਫਿਰ ਕੀ ਕਹਿੰਦਾ, ਭਲਾ ਆਪ ਹੀ ਸਵਾਲ ਕਰਕੇ ਤੇ ਨਾਲ ਆਪ ਹੀ ਪੁੱਛਦਾ, ਕਹਿੰਦਾ ਵੀ ਮੇਰਾ ਭਰਾ ਕਿੰਨੀ ਵਾਰੀ ਮੇਰਾ ਪਾਪ ਕਰੇ ਤੇ ਮੈਨੂੰ ਮਾਫ਼ ਕਰਾਂ, ਕੀ 7 ਵਾਰੀ? ਯਸੂ ਮਸੀਹ ਕਹਿੰਦਾ 7 ਨਹੀਂ 7 ਦੀ 70 ਗੁਣਾ, ਕਿੰਨਾ? 7 ਦੀ। ਹੁਣ ਜਿਹੜਾ ਪ੍ਰਭੂ ਯਸੂ ਮਸੀਹ ਮਨੁੱਖ ਨੂੰ ਕਹਿ ਰਿਹਾ, ਤੂੰ ਆਪਣੇ ਭਰਾ ਨੂੰ ਕਿੰਨੀ ਵਾਰੀ ਮਾਫ਼ ਕਰਨਾ? ਬੋਲੋ ਸਾਹਿਬ ਕਿੰਨੀ ਵਾਰੀ ਜੀ? 7 ਦੀ 70 ਗੁਣਾ। ਤੇ ਫਿਰ ਜੇ ਉਹ ਆਪ ਜਿਹੜਾ ਹੁਕਮ ਦਿੰਦਾ ਇੰਨੀ ਵਾਰੀ ਮਾਫ਼ ਕਰਨ ਦੇ ਲਈ ਆਖਦਾ, ਉਹ ਫਿਰ ਖੁਦ ਕਿੰਨੀ ਵਾਰ ਮਾਫ਼ ਕਰਨ ਦੀ ਕੁਦਰਤ ਰੱਖਦਾ? ਹਾਲੇਲੂਇਆ। ਇਸ ਲਈ ਬਚਨ ਹੌਸਲਾ ਵੀ ਦਿੰਦਾ, ਹੇ ਬੱਚਿਓ ਪਾਪ ਨਾ ਕਰੋ। ਕੀ ਨਾ ਕਰੋ? ਇਹ ਪਾਪ ਹੀ ਆ ਜਿਹਨੇ ਇੱਕ ਦਿਨ ਦਿਲ ਦੇ ਵਿੱਚੋਂ ਵੀ ਕੱਢ ਦੇਣਾ। ਅਜੇ ਤਾਂ ਕੀ ਲਿਖਿਆ ਆ, ਅਜੇ ਤੇ ਤੁਹਾਡੇ ਪਾਪਾਂ ਨੇ ਤੁਹਾਡੇ ਤੇ ਤੁਹਾਡੇ ਪਰਮੇਸ਼ੁਰ ਦੇ ਵਿੱਚ ਜੁਦਾਈ ਪਾਈ ਹੈ। ਅਜੇ ਜੁਦਾਈ ਆ, ਇਹ ਲੰਬੀ ਨਹੀਂ। ਹਾਂਜੀ ਜੁਦਾਈ ਹੈ ਪਰ ਲੰਬੀ ਨਹੀਂ, ਤੇ ਫਿਰ ਲੰਬੀ ਵੀ ਹੋ ਸਕਦੀ ਹੈ ਪਰ ਹਮੇਸ਼ਾ ਦੀ? ਹਮੇਸ਼ਾ ਦੀ ਨਹੀਂ। ਕਿਉਂ? ਕਿਉਂਕਿ ਅਜੇ ਜੁਦਾਈ ਆ, ਦਿਲ ਦੇ ਵਿੱਚੋਂ ਕੱਢਿਆ, ਅਜੇ ਵੀ ਇੱਕ ਆਸ ਲੈ ਕੇ ਬੈਠਾ ਆ, ਐ ਮੇਰੇ ਬੇਟੇ ਲੌਟ। ਹਲੇਲੂਇਆ। ਇੱਕ ਆਸ ਲੈ ਕੇ ਬੈਠਾ, ਕਹਿ ਦੀ ਭਲਾ ਐ ਮੇਰੇ ਬੇਟੇ ਲੌਟ, ਲੌਟ ਆ। ਉਹ ਬੜਾ ਸਬਰ ਵਾਲਾ ਆ, ਉਹ ਬੜਾ ਧੀਰਜ ਵਾਲਾ ਆ। ਤੇ ਉਹ ਜਿਹੜਾ ਕਹਿੰਦਾ ਨਾ, ਹੇ ਬੱਚਿਓ ਪਾਪ ਨਾ ਕਰੋ। ਕਿਉਂ ਨਾ ਕਰੋ? ਪਾਪ ਤੋਂ ਪਰਮੇਸ਼ੁਰ ਨੂੰ ਨਫ਼ਰਤ ਹੈ। ਪਰ ਨਾਲ ਨਾਲ ਧਿਆਨ ਰੱਖੋ, ਮੈਂ ਤੁਹਾਡੀ ਕਮਜ਼ੋਰੀ ਤੋਂ ਵੀ ਵਾਕਫ ਹਾਂ। ਇਸ ਲਈ ਜਾਣੇ ਅਣਜਾਣੇ ਅਗਰ ਤੁਹਾਡੇ ਕੋਲੋਂ ਪਾਪ ਹੋ ਜਾਵੇ ਤੇ ਪਿਤਾ ਦੇ ਕੋਲ ਸਾਡੇ ਲਈ ਇੱਕ ਸਿਫਾਰਿਸ਼ ਕਰਨ ਵਾਲਾ ਬੈਠਾ ਹੈ। ਹਾਲੇਲੂਇਆ। ਜੇ ਜਾਣੇ ਅਣਜਾਣੇ ਹੋ ਜਾਵੇ, ਬੇਦਿਲ ਨਾ ਹੋਇਓ, ਨਿਰਾਸ਼ ਨਾ ਹੋਇਓ। ਜਿਹਨੇ ਏਡਾ ਦੁੱਖ ਸਿਹਾ ਤੁਹਾਡੇ ਵਾਸਤੇ, ਉਹ ਹੁਣ ਵੀ ਜਿਉਂਦਾ ਆ ਤੇ ਪਿਤਾ ਦੇ ਸੱਜੇ ਹੱਥ ਵਿਰਾਜਮਾਨ ਆ ਤੇ ਤੁਹਾਡੇ ਲਈ ਸਿਫਾਰਿਸ਼ ਕਰਦਾ। ਹਾਲੇਲੂਇਆ। ਕੀ ਕਰਦਾ ਆ? ਤੁਹਾਡੇ ਲਈ ਸਿਫਾਰਿਸ਼ ਕਰਦਾ ਆ। ਕਾਹਦੀ? ਬੋਲੋ ਜੀ, ਬੋਲਦਿਆ ਕਰੋ। ਕਦੀ ਮੈਨੂੰ ਵੀ ਕਿਤੇ ਸਕੂਨ ਆ ਜਾਵੇ, ਮੈਂ ਵੀ ਕਿਤੇ ਚੈਨ ਦੇ ਨਾਲ ਮਰ ਸਕਾਂ ਵੀ ਮੈਂ ਕੁਛ ਕਰ ਗਿਆ ਹਾਂ। ਹਾਂਜੀ ਕਾਜੀ, ਭਲਾ ਸਿਫਾਰਿਸ਼ ਕਰਦਾ? ਬੋਲੋ ਸਾਰੇ ਕਾਜੀ ਜੀ, ਇਹਨਾਂ ਨੂੰ ਕੀ ਕਰ? ਕਿਸ ਚੀਜ਼ ਤੋਂ? ਕਿਹੋ ਜਿਹੇ ਪਾਪਾਂ ਤੋਂ? ਜਿਹੜੇ ਜਾਣੇ ਅਣਜਾਣੇ ਦੇ ਵਿੱਚ ਹੋ ਜਾਂਦੇ ਆ, ਉਹਨਾਂ ਤੋਂ ਸਿਫਾਰਿਸ਼ ਕਰਦਾ। ਨਾਲ ਹੀ ਜਦੋਂ ਥੱਲੇ ਥੱਲੇ ਆਉਂਦੇ ਨਾ ਪੜ੍ਹਦੇ ਪੜ੍ਹਦੇ, ਤੇ ਪਰਮੇਸ਼ੁਰ ਆਪਣੀ ਆਦਤ ਨੂੰ ਸਮਝਾਉਂਦਾ ਸਮਝਾਉਂਦਾ ਕਹਿੰਦਾ, ਹੇ ਬੱਚਿਓ ਪਾਪ ਐਸਾ ਵੀ ਆ ਜਿਹਦੀ ਸਜ਼ਾ ਮੌਤ ਨਹੀਂ ਹੈ। ਕੀ ਹੈ ਭਲਾ? ਪਾਪ ਐਸਾ ਵੀ ਆ ਜਿਹਦੀ ਸਜ਼ਾ ਮੌਤ, ਮੌਤ ਨਹੀਂ ਹੈ। ਇਹੋ ਜਿਹੇ ਪਾਪ ਦੇ ਵਿਖੇ
ਅਗਰ ਤੂੰ ਦੁਆ ਕਰੇ ਤੇ ਇੱਕ ਹੈਗਾ ਆ ਜਿਹੜਾ ਪਿਤਾ ਦੇ ਸੱਜੇ ਹੱਥ, ਹਾਲੇਲੂਇਆ, ਕਿਹੋ ਜਿਹੇ ਪਾਪ ਦੇ ਅੱਗੇ, ਜਿਸ ਪਾਪ ਦੇ ਲਈ ਮਾਫੀ ਹੈਗੀ। ਇਸੇ ਕਹਿੰਦਾ ਪਾਪ ਐਸਾ ਵੀ ਆ ਜਿਹਦੀ ਸਜ਼ਾ ਮੌਤ ਨਹੀਂ ਆ, ਤੇ ਜੇ ਤੂੰ ਆਪਣੇ ਭਰਾ ਦੇ ਅੱਗੇ ਲਈ ਦੁਆ ਕਰੇ ਤੇ ਉਹ ਪਾਪ ਜਿਹਦੀ ਸਜ਼ਾ ਮੌਤ ਨਹੀਂ ਹੈ, ਜਦੋਂ ਤੂੰ ਪ੍ਰਾਰਥਨਾ ਕਰੇਗਾ ਉਹ ਜਿਹੜਾ ਸਿਫਾਰਿਸ਼ ਕਰਨ ਲਈ ਪਿਤਾ ਦੇ ਸੱਜੇ ਹੱਥ ਵਿਰਾਜਮਾਨ ਆ, ਉਹ ਤੇਰੇ ਲਈ ਮਾਫੀ ਦੀ ਦਰਖਾਸਤ ਰੱਖੇਗਾ। ਉਹ ਜਿਹਦੇ ਹੱਥ ਬੈਠਾ ਨਾ ਸੱਜੇ ਹੱਥ ਵਿਰਾਜਮਾਨ, ਜਿਹਦੇ ਬਾਰੇ ਗੱਲ ਹੋ ਰਹੀ ਆ, ਹੈਗਾ ਇੱਕੋ ਹੀ ਆ ਲੇਕਿਨ ਸਮਝਾਉਣ ਦੇ ਲਈ ਗੱਲ ਕਰ ਰਿਹਾ ਆ। ਸੱਜਾ ਹੱਥ ਤਾਕਤ ਨੂੰ ਦਿਖਾਉਂਦਾ ਹੈ, ਪਰਮੇਸ਼ਵਰ ਦੀ ਤਾਕਤ ਮਸੀਹ ਯਸੂ, ਹਾਲੇਲੂਇਆ। ਉਹ ਜਿਹੜੀ ਪਰਮੇਸ਼ਵਰ ਦੀ ਤਾਕਤ ਹੈ ਨਾ, ਹੁਣ ਸਿਫਾਰਿਸ਼ ਕਰਨ ਦੀ ਲੋੜ ਹੈਗੀ, ਕਿਉਂਕਿ ਵਚਨ ਚ ਤੇ ਲਿਖਿਆ ਅਜੇ ਤੱਕ ਤੁਸੀਂ ਮੇਰੇ ਨਾਮ ਦੇ ਵਿੱਚ ਮੇਰੇ ਬਾਪ ਦੇ ਕੋਲੋਂ ਕੁਛ ਮੰਗਿਆ ਨਹੀਂ, ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ। ਇਹ ਤੇ ਸਿੱਧੀ ਸਿੱਧੀ ਹੁਣ ਬਾਪ ਦੇ ਨਾਲ ਗੱਲ ਹੋ ਗਈ, ਤੇ ਫਿਰ ਵਿੱਚ ਯਸੂ ਮਸੀਹ ਦੀ ਲੋੜ ਹੈਗੀ? ਉਹ ਕਹਿੰਦੇ ਨਾ, ਅਜੇ ਮੈਂ ਦੱਸ ਕੇ ਹਟਿਆ ਉਹਦੀ ਤੇ ਲੋੜ ਆ। ਉਹ ਜੇ ਨਾ ਹੋਵੇ ਸੱਜੇ ਹੱਥ ਤੇ ਹੁਣ ਤੱਕ ਕੰਮ ਹੋ ਚੁੱਕਾ ਹੁੰਦਾ। ਉਹ ਧੀਰਜ ਦੇ ਨਾਲ ਕੱਲ ਹੀ ਬੈਠਾ ਆ, ਭਲਾ ਇੱਕ ਨੇ ਬੜੀ ਦਰਦਨਾਕ ਮੌਤ ਜਿਹੜੀ ਤੁਹਾਨੂੰ ਮਿਲਣੀ ਸੀ ਉਹ ਆਪਣੇ ਉੱਤੇ ਲਈ ਹੈ, ਇਸ ਲਈ ਉਹ ਜਲਦੀ ਜਲਦੀ ਨਿਰਣੇ ਲੈਂਦਾ ਨਹੀਂ ਆ। ਉਹ ਜਿਹੜਾ ਬੈਠਾ ਨਾ, ਜਿਹੜਾ ਕਹਿ ਕੇ ਮੇਰੇ ਨਾਂ ਦੇ ਵਿੱਚ ਨਹੀਂ ਮੰਗਿਆ, ਅਜੇ ਤੱਕ ਪਿਤਾ ਦੇ ਕੋਲੋਂ ਤੁਸੀਂ ਕੁਛ ਮੇਰੇ ਨਾਮ ਦੇ ਵਿੱਚ ਨਹੀਂ ਮੰਗਿਆ, ਹੁਣ ਵਿੱਚ ਕੌਣ ਆ ਗਿਆ ਭਲਾ? ਇਹਦਾ ਮਤਲਬ ਸਿੱਧਾ ਪਿਤਾ ਦੇ ਕੋਲੋਂ ਮੰਗ ਸਕਦੇ, ਕਿਹਦੇ ਥਰੂ ਮੰਗਣਾ ਭਲਾ? ਯਸੂ ਮਸੀਹ ਦੇ ਥਰੂ ਮੰਗਣਾ ਆ। ਜੋ ਕੁਛ ਯਸੂ ਮਸੀਹ ਦੇ ਥਰੂ ਮੰਗਿਆ ਜਾਵੇਗਾ ਉਹ ਪਰਮੇਸ਼ਵਰ ਨੂੰ ਕਬੂਲ ਹੋਵੇਗਾ, ਤੇ ਜਵਾਬ ਵੀ ਪਰਮੇਸ਼ਵਰ ਉਸੇ ਦਾ ਦੇਵੇਗਾ। ਹਾਲੇਲੂਇਆ। ਉਹ ਤੋਂ ਬਿਨਾ ਕੋਈ ਰਾਹ ਹੈ ਨਹੀਂ, ਪਿਤਾ ਤੱਕ ਪਹੁੰਚਣ ਦਾ ਰਸਾ ਹੀ ਨਹੀਂ। ਇਸ ਲਈ ਯੂਹੰਨਾ 14:6 ਚ ਕਹਿੰਦਾ ਰਾਹ ਵੀ ਮੈਂ, ਜ਼ਿੰਦਗੀ ਵੀ, ਹਾਲੇਲੂਇਆ, ਤੇ ਸੱਚਾਈ ਵੀ, ਹੋਰ ਮੇਥੋਂ ਬਿਨਾ ਕੋਈ ਹੈ ਹੀ ਨਹੀਂ। ਤੇ ਹੁਣ ਉਹ ਜਿਹੜਾ ਰਾਹ ਹੈ ਨਾ, ਉਹ ਤੋਂ ਬਿਨਾ ਕੰਮ ਬਣਨਾ ਨਹੀਂ ਆ। ਉਹ ਰਾਹ ਵੀ ਆ, ਉਹ ਸੱਚਾਈ ਵੀ ਆ, ਉਹ ਜ਼ਿੰਦਗੀ ਵੀ ਆ, ਉਹ ਪਿਤਾ ਦੇ ਸੱਜੇ ਹੱਥ ਵੀ ਆ, ਉਹ ਇੱਕ ਵਿਚੋਲੇ ਦਾ ਵੀ ਕੰਮ ਕਰ ਰਿਹਾ ਹੈ। ਇੰਨਾ ਕੁਛ ਕਰਨ ਦੇ ਲਈ ਉਹਨੂੰ ਕੀ ਵਕਤ ਪਿਆ ਹੈ? ਜਦੋਂ ਜ਼ਿੰਦਗੀ ਹੀ ਅਸੀਂ ਆਪਣੀ ਮਰਜ਼ੀ ਦੇ ਨਾਲ ਜਿਉਣੀ ਹੈ, ਉਹ ਕਿਹਦੇ ਲਈ ਵੇਚਿਆ ਭਲਾ? ਸਾਡੇ ਲਈ। ਹਾਲੇਲੂਇਆ। ਕਿਹਨਾਂ ਦੇ ਲਈ? ਪਿਤਾ ਦੇ ਵਿੱਚ ਤੇ ਸਾਡੇ ਵਿੱਚ। ਜਿਹੜਾ ਵੇਚਿਆ ਉਹ ਕਾਹਦੇ ਲਈ ਹੈ ਭਲਾ? ਉਹ ਸਾਡੇ ਲਈ ਹੈ। ਤੇ ਕਹਿੰਦਾ ਜੇ ਐਸਾ ਪਾਪ ਤੂੰ ਕਰਦੇ ਵੇਖੇ ਜਿਹਦੀ ਸਜ਼ਾ ਮੌਤ ਨਹੀਂ ਹੈ, ਤੇ ਤੂੰ ਆਪਣੇ ਭਰਾ ਦੇ ਲਈ ਅਗਰ ਰੱਬ ਦੇ ਕੋਲੋਂ ਮਾਫੀ ਮੰਗੇ ਤੇ ਮੈਂ ਸਿਫਾਰਿਸ਼ ਕਰਾਂਗਾ ਤੇ ਮੇਰਾ ਪਿਤਾ ਤੈਨੂੰ ਮਾਫ਼
ਕਰੇਗਾ, ਜਿਹਦੇ ਲਈ ਵੀ ਤੂੰ ਪ੍ਰਾਰਥਨਾ ਕਰੇਗਾ ਉਹਨੂੰ ਵੀ ਮਾਫ ਕਰੇਗਾ। ਪਰ ਕਹਿੰਦਾ ਪਾਪ ਐਸਾ ਵੀ ਹੈ, ਕਿੱਦਾਂ ਦਾ ਬੋਲੋ ਸਾਰੇ, ਕਿੱਦਾਂ ਦਾ ਜੀ? ਇਹ ਬਹੁਤਿਆਂ ਨੇ ਪ੍ਰਚਾਰ ਇਹਦੇ ਤੇ ਏਦਾਂ ਕਰਕੇ ਕੀਤਾ ਆ, ਇੱਕ ਪਾਪ ਐਸਾ ਤੇ ਇੱਕ ਪਾਪ ਐਸਾ, ਏਦਾਂ ਨਹੀਂ। ਜਿਹੜੀ ਸਹੀ ਟ੍ਰਾਂਸਲੇਸ਼ਨ ਆ ਉਹ ਏਦਾਂ ਨਹੀਂ ਆ ਕਿ ਇੱਕ ਪਾਪ ਐਸਾ ਆ ਜਿਹਦੀ ਸਜ਼ਾ ਮੌਤ ਆ ਤੇ ਇੱਕ ਪਾਪ ਐਸਾ ਆ ਜਿਹੜਾ ਮਾਫ ਕੀਤਾ ਨਾ। ਐਸਾ ਵੀ ਪਾਪ ਆ, ਪਾਪ ਐਸਾ ਵੀ ਹੈ ਤੇ ਪਾਪ ਐਸਾ ਵੀ ਹੈ, ਤੇ ਪਾਪ ਕੈਸਾ ਆ ਉਹ ਕੰਮ ਤੋਂ ਪ੍ਰਗਟ ਹੁੰਦਾ ਹੈ। ਤੇ ਅਸੀਂ ਇਹ ਵੀ ਸਿੱਖਿਆ ਹੋਇਆ ਇੱਕ ਪਾਪ ਆ ਤੇ ਇੱਕ ਪਾਪ ਦੇ ਕੰਮ ਆ, ਤੇ ਬਹੁਤਿਆਂ ਨੂੰ ਇਹ ਵੀ ਜਾਣਕਾਰੀ ਨਹੀਂ ਆ। ਪਾਪ ਇੱਕ ਸ਼ਕਤੀ ਹੈ ਜਿਹੜੀ ਮਨੁੱਖ ਕੋਲੋਂ ਪਾਪ ਦੇ ਕੰਮ ਕਰਵਾਉਂਦੀ ਹੈ। ਸੋ ਪਾਪ ਵੱਖਰਾ ਤੇ ਪਾਪ ਦੇ ਵਿੱਚੋਂ ਨਿਕਲਣ ਵਾਲੇ ਕੰਮ ਵੱਖਰੇ ਉਹ ਜਿਹੜੇ ਕਰਵਾਉਂਦਾ। ਤੇ ਹੁਣ ਵਚਨ ਕਿਤੇ ਦੱਸਦਾ ਭਲਾ ਪਾਪ ਐਸਾ ਵੀ ਹੈ ਜਿਹਦੀ ਸਜ਼ਾ ਮੌਤ ਹੈ, ਜੇ ਤੂੰ ਉਹਦੇ ਲਈ ਪ੍ਰਾਰਥਨਾ ਕਰੇ ਤੇ ਮੈਂ ਤੇਰੀ ਸੁਣਾਂਗਾ। ਇਹੋ ਜਿਹੀ ਪ੍ਰਾਰਥਨਾ ਤੂੰ ਨਾ ਕਰੀ ਜਿਹਦੀ ਸਜ਼ਾ ਮੌਤ ਆ। ਹੁਣ ਕਿਹਦੀ ਸਜ਼ਾ ਮੌਤ ਆ ਤੇ ਕਿਹਦੀ ਸਜ਼ਾ ਮਾਫ਼ੀ ਆ ਉਹ ਵੀ ਲਿਖ ਕੇ ਦਿੱਤਾ ਵਚਨ ਦੇ ਵਿੱਚ, ਤਾਂ ਕਿ ਇਨਸਾਨ ਕਿਸੇ ਵੀ ਤਰ੍ਹਾਂ ਕਿਸੇ ਦੇ ਵੀ ਭਰਮਾਵੇ ਦੇ ਵਿੱਚ ਨਾ ਆਵੇ, ਬਲਕਿ ਵਚਨ ਦੀ ਬਰੀਕੀ ਨੂੰ ਬਖੂਬੀ ਸਮਝ ਸਕੇ। ਹਾਲੇਲੂਇਆ। ਇਸ ਲਈ ਉਹ ਧੀਰਜ ਕਰਦਾ ਆ, ਕਦੇ ਨਹੀਂ ਉਹਦੇ ਧੀਰਜ ਕਰਨ ਦੇ ਲਈ, ਉਹਦੇ ਸਬਰ ਕਰਨ ਦੇ ਪਿੱਛੇ ਦੀ ਵਜ੍ਹਾ ਕੀ ਹੈ ਭਲਾ? ਉਹ ਬੇਪਨਾਹ ਤੁਹਾਡੇ ਨਾਲ ਪਿਆਰ ਕਰਦਾ। ਹਾਲੇਲੂਇਆ। ਬੋਲੋ ਸਾਰੇ, ਕੀ ਕਰਦਾ ਜੀ? ਤੁਹਾਡੇ ਚਿਹਰੇ ਤੇ ਖੁਸ਼ੀ ਹੋਣੀ ਚਾਹੀਦੀ, ਕੀ ਕਰਦਾ ਭਲਾ? ਜ਼ਿਆਦਾਤਰ ਚਰਚਾ ਵਿੱਚ ਤਾਂ ਇਹੀ ਕਹੀ ਜਾਂਦੇ ਯਸ ਮਸੀਹ ਤੁਹਾਡੇ ਨਾਲ ਬੜਾ, ਉਦੋਂ ਉਹਨਾਂ ਦੇ ਚਿਹਰੇ ਤੇ ਮੁਸਕਰਾ। ਮੈਂ ਤਾਂ ਲਿਆਉਣ ਦੀ ਵੀ ਕੋਸ਼ਿਸ਼ ਕਰਦਾ ਤੇ ਗੁੱਸਾ ਹੀ ਆਉਂਦਾ। ਉਹ ਕੀ ਕਹਿੰਦੇ ਭਲਾ? ਤੁਹਾਡੇ ਨਾਲ ਪ੍ਰਭੂ ਬੜਾ। ਕਈਆਂ ਦਾ ਤੇ ਮੂੰਹ ਹੀ ਹਾਸੇ ਵਾਲਾ ਹੁੰਦਾ, ਉਹ ਨਾ ਵੀ ਉਹ ਗੁੱਸੇ ਵਿੱਚ ਵੀ ਹੋਣ ਤੇ ਕਿੱਦਾਂ ਲੱਗਦੇ ਭਲਾ? ਹੱਸਦੇ ਹੀ ਲੱਗਦੇ। ਅਸੀਂ ਤੇ ਹੱਸੀਏ ਵੀ ਤੇ ਇੱਦਾਂ ਲੱਗਦਾ ਜਿੱਦਾਂ ਇਹਦੇ ਹਾਸੇ ਦੇ ਪਿੱਛੇ ਵੀ ਕੋਈ ਗੁੱਸਾ ਹੀ ਹੈ, ਹਨਾ? ਆਹ ਤੇ ਅਕਸਰ ਕਿਹਾ ਜਾਂਦਾ ਕਲੀਸਿਆਵਾਂ ਦੇ ਵਿੱਚ, ਪ੍ਰਭੂ ਤੁਹਾਨੂੰ ਕੀ ਕਰਦਾ ਜੀ? ਬੋਲੋ ਸਰ, ਕੀ ਕਰਦਾ? ਪਿਆਰ ਕਰਦਾ। ਉਹ ਪਿਆਰ ਇਸੇ ਲਈ ਕਰਦਾ ਆ, ਅਜੇ ਦਿਲ ਦੇ ਵਿੱਚੋਂ ਕੱਢਿਆ। ਹਾਲੇਲੂਇਆ। ਅੱਜ ਅਸੀਂ ਉਹਦੀ ਇਸ ਹਜ਼ੂਰੀ ਦੇ ਵਿੱਚ ਅਗਰ ਬੈਠੇ ਹਾਂ ਤੇ ਪੱਕਾ ਦਿਲ 'ਚ ਲਿਖ ਕੇ ਜਾਇਓ, ਪ੍ਰਭੂ ਨੇ ਅਜੇ ਤੁਹਾਨੂੰ ਛੱਡਿਆ ਨਹੀਂ। ਹਾਲੇਲੂਇਆ। ਅੱਜ ਅਗਰ ਅਸੀਂ ਜੂਰੀ 'ਚ ਬੈਠੇ ਹਾਂ ਨਾ, ਤੇ ਇਹਦਾ ਸਿੱਧਾ ਸਿੱਧਾ ਮਤਲਬ ਭਲਾ ਕੀ ਦਿਖਾਉਂਦਾ ਆ? ਪ੍ਰਭੂ ਨੇ ਅਜੇ ਤੁਹਾਨੂੰ ਛੱਡਿਆ, ਅਜੇ ਤੁਸੀਂ ਐਸਾ ਪਾਪ ਨਹੀਂ ਕੀਤਾ ਜਿਹਦੀ ਮਾਫ਼ੀ ਨਾ ਮਿਲ ਸਕੇ। ਅਜੇ ਐਸਾ ਪਾਪ ਨਹੀਂ ਕੀਤਾ ਜਿਹਦੀ ਮਾਫ਼ੀ ਨਾ ਮਿਲ ਸਕੇ। ਤੇ ਹੁਣ ਮੌਕਾ ਤੇ ਫਿਰ ਇਹੀ ਆ ਨਾ, ਕਹਿੰਦਾ ਅੱਜ ਹੀ ਛੁਟਕਾਰੇ ਦਾ ਦਿਨ ਆ, ਅੱਜ ਹੀ ਨਜਾਤ ਦਾ ਦਿਨ ਆ। ਹਾਲੇਲੂਇਆ। ਅੱਜ ਹੀ ਮੁਕਤੀ ਦਾ ਦਿਨ ਆ, ਅੱਜ ਹੀ ਸ਼ਿਫਾ ਪਾਉਣ ਦਾ ਦਿਨ ਆ, ਅੱਜ ਹੀ ਮਾਫ਼ੀ ਨੂੰ ਪਾਉਣ ਦਾ ਦਿਨ ਆ। ਤੇ ਜਿਹੜਾ ਦਿਨ ਨੂੰ ਪਛਾਣਦਾ ਆ ਉਹਨੂੰ ਪਤਾ ਆ ਅੱਜ ਦੇ ਦਿਨ ਦੀ ਅਹਿਮੀਅਤ ਕੀ ਹੈ। ਹਾਲੇਲੂਇਆ। ਇਸ ਕਰਕੇ ਲਿਖਿਆ ਅੱਜ ਦੇ ਲਈ ਅੱਜ ਦਾ ਦੁੱਖ ਕਾਫ਼ੀ ਹੈ, ਕੱਲ੍ਹ ਦੇ ਦੁੱਖ ਦੀ ਚਿੰਤਾ ਨਾ ਕਰ, ਕਿਉਂਕਿ ਕੱਲ੍ਹ ਤੇ ਸਿਰਫ ਉਹ ਜਾਣਦਾ ਵੀ ਆਉਣਾ ਵੀ ਆ ਕੇ। ਤੈਨੂੰ ਲੱਗਦਾ ਹੈ ਕੱਲ੍ਹ ਆਉਣਾ, ਤੂੰ ਤੇ ਬੜੀਆਂ ਪਲਾਨਿੰਗਾਂ ਕਰਕੇ ਬੈਠਾ ਕੱਲ੍ਹ ਦੀਆਂ, ਪਰ ਤੈਨੂੰ ਪਤਾ ਨਹੀਂ ਹੈ ਵੀ ਤੇਰਾ ਕੱਲ੍ਹ ਆਉਣਾ ਆ ਕਿ ਨਹੀਂ ਆਉਣਾ। ਜਿਹਨੇ ਤੈਨੂੰ ਬਣਾਇਆ ਉਹ ਜਾਣਦਾ ਤੇਰੇ ਕੱਲ੍ਹ ਆਉਣਾ ਵੀ ਆ ਕਿ
ਨਹੀਂ ਹੋਣਾ। ਇਸ ਕਰਕੇ ਤੂੰ ਉਹਦੀ ਸੁਣ। ਤੇ ਉਹ ਕੀ ਕਰਦਾ ਭਲਾ? ਉਹ ਪਿਆਰ ਕਰਦਾ। ਤੇ ਜਿਹੜਾ ਘਾਤ ਲਾ ਕੇ ਬੈਠਾ, ਜਿਹੜਾ ਸ਼ੈ ਲਾ ਕੇ ਬੈਠਾ, ਉਹਨੇ ਬਾਗੇ ਅਦਨ ਚੋਂ ਕਢਾਉਣ ਦੇ ਲਈ ਕੋਈ ਜ਼ਿਆਦਾ ਟਾਈਮ ਲਾਇਆ? ਬੋਲੋ ਸਰ, ਕਿੰਨਾ ਟਾਈਮ ਲੱਗਾ ਜੀ? ਹਾਂਜੀ, ਕਿੰਨੀਆਂ ਕੁ ਗੱਲਾਂ ਕੀਤੀਆਂ ਹੋਣਗੀਆਂ। ਕਹਿੰਦਾ ਰੱਬ ਤੁਹਾਡਾ ਐਵੇਂ ਤੁਹਾਨੂੰ ਧੋਖੇ 'ਚ ਰੱਖਦਾ, ਫਰੇਬੀ ਹੈ, ਤੁਹਾਨੂੰ ਗੁੰਮਰਾਹ ਕਰਦਾ ਆ, ਤੁਹਾਡੇ ਨਾਲ ਝੂਠ ਬੋਲਦਾ ਆ। ਉਹਨੇ ਤੁਹਾਨੂੰ ਗੁੰਮਰਾਹ ਕਰਕੇ ਰੱਖਿਆ, ਕੋਈ ਉਹਨੇ ਤੁਹਾਨੂੰ ਆਪਣੇ ਵਰਗਾ ਬਣਾਇਆ ਨਹੀਂ ਹੈ। ਜੇ ਬਣਾਇਆ ਹੁੰਦਾ ਤਾਂ ਉਹਨੇ ਜਿਹਨੇ ਲਾਇਆ ਨਾ, ਜਿਹਨੇ ਬਣਾਇਆ, ਆਹ ਉਹਨੇ ਬਣਾਇਆ ਕਾਹਦੇ ਲਈ ਹੈ? ਅਤੇ ਕੀ ਪ੍ਰੋਬਲਮ ਹੈ? ਜਦੋਂ ਤੁਸੀਂ ਹੈਗੇ ਉਹਦੇ ਵਰਗੇ ਆ, ਤਾਂ ਕੋਈ ਉਹਦਾ ਕੋਈ ਕੋਈ ਚੀਜ਼ ਨੁਕਸਾਨ ਕਰ ਸਕਦੀ ਜਿਹਨੇ ਤੁਹਾਨੂੰ ਬਣਾਇਆ? ਨਹੀਂ। ਅਤੇ ਫਿਰ ਜੇ ਉਹਦਾ ਕੋਈ ਚੀਜ਼ ਨੁਕਸਾਨ ਨਹੀਂ ਕਰ ਸਕਦੀ, ਤਾਂ ਜੇ ਤੁਸੀਂ ਇਹਨੂੰ ਵੀ ਖਾ ਲਓ ਤਾਂ ਤੁਹਾਡਾ ਵੀ ਨੁਕਸਾਨ ਹੋਣਾ। ਬਲਕਿ ਉਹ ਨਹੀਂ ਚਾਹੁੰਦਾ, ਕਹਿੰਦਾ ਤੁਸੀਂ ਉਹਦੇ ਵਰਗੇ ਆ, ਪਰ ਚਾਹੁੰਦਾ ਨਹੀਂ ਹੈ ਤੁਸੀਂ ਉਹਦੇ ਵਰਗੇ ਹੋਵੋ। ਆਹ ਖਾ ਲਓਗੇ ਤੇ ਹੋ। ਹਾਲੇਲੂਯਾ। ਅੱਜ ਵੀ ਕਿਤੇ ਕਿਤੇ ਭਾਈ ਬਲਬੀਰ ਨੂੰ ਕਹਿੰਦਾ ਹੋਣਾ ਵਿੱਚ ਵਿੱਚ ਆ ਕੇ, ਤੂੰ ਵੀ ਇਕਬਾਲ ਵਰਗਾ ਹੀ ਹੈ। ਕਿੱਦਾਂ ਦਾ? ਹਾਂਜੀ, ਤੂੰ ਵੀ ਕਿੱਦਾਂ ਦਾ ਭਲਾ? ਇਕਬਾਲ ਵਰਗਾ ਹੀ ਆ। ਫਰਕ ਸਿਰਫ ਇੰਨਾ ਵੀ ਤੂੰ ਗਾ ਕੇ ਭਜਨ ਸੁਣਾ ਕੇ ਵਚਨ ਨੂੰ ਲੋਕਾਂ 'ਚ ਪੇਸ਼ ਕਰਦਾ, ਤੇ ਉਹ ਬੋਲ ਕੇ ਕਰਦਾ। ਹਾਂਜੀ, ਉੱਠ ਤੇ ਪੱਤਾ ਇਹਦਾ ਸਾਫ਼ ਕਰ। ਕਦੋਂ ਤੱਕ ਐਵੇਂ ਪਿੱਛੇ ਖੜਾ ਰਵੇ? ਤੇ ਲੂਸੀਫਰ ਨੂੰ ਵੀ ਤੇ ਇਹ ਆ ਕੇ ਕਿਹਾ ਸੀ ਨਾ ਉਹਨੇ, ਕਹਿੰਦਾ ਇੰਨਾ ਸੋਹਣਾ ਸੁਨੱਖਾ ਤੂੰ, ਕਿਆ ਤੇਰੇ ਅੰਦਰ ਮਿਊਜ਼ਿਕ ਫਿੱਟ ਕੀਤਾ ਆ। ਲੋਕੀ ਤੇ ਹਾਰਮੋਨੀਅਮ ਦਾ ਪੱਖਾ ਮਾਰਦੇ ਤੇ ਅੱਗੇ ਹੱਥ ਉਂਗਲੀਆਂ ਮਾਰਦੇ ਤੇ ਫਿਰ ਉਹਨਾਂ ਵਿੱਚੋਂ ਸਾਜ਼ ਨਿਕਲਦੇ ਆ। ਤੂੰ ਤੇ ਪੰਖ ਹਿਲਾਉਣਾ ਆ ਤੇ ਜਿਹੜੇ ਸਾਜ਼ ਤੇਰੇ ਵਿੱਚੋਂ ਨਿਕਲਦੇ ਦੁਨੀਆਂ 'ਚ ਕਦੇ ਨਿਕਲ ਸਕਦੇ? ਤੇ ਖੂਬਸੂਰਤੀ ਦੀ ਗੱਲ ਕਰੀਏ ਤੇ ਜੋ ਕੁਛ ਅਜੇ ਤੱਕ ਉਹਨੇ ਬਣਾਇਆ, ਤੇਰੇ ਤੋਂ ਤੇ ਖੂਬਸੂਰਤ ਕੁਛ ਹੈਗਾ ਵੀ ਨਹੀਂ। ਆ ਤੂੰ ਦੇਖ ਨਾ, ਤੇਰੇ ਸਾਹਮਣੇ ਜਿਹੜੇ ਫਰਿਸ਼ਤੇ ਆ, ਇਹਨਾਂ ਦੀ ਤੇਰੇ ਅੱਗੇ ਔਕਾਤ ਕੀ ਆ? ਤੂੰ ਆਪਣੇ ਆਪ ਨੂੰ ਚੈੱਕ ਤੇ ਕਰ, ਤੇ ਜੋ ਕੁਛ ਤੇਰੇ ਵਿੱਚ ਰੱਖ ਕੇ ਉਹਨੇ ਤੈਨੂੰ ਬਣਾਇਆ, ਮੈਂ ਤੈਨੂੰ ਦੱਸਣ ਆਇਆ, ਮੈਂ ਤੇਰਾ ਹਿਤੈਸ਼ੀ ਆ। ਤੂੰ ਤੇ ਉਹਦੇ ਤੋਂ ਵੀ ਉੱਚੀ ਜਗ੍ਹਾ ਦੇ ਉੱਤੇ ਆਪਣਾ ਤਖ਼ਤ ਲਗਾ ਸਕਦਾ। ਕੀ ਕਰ ਸਕਦਾ? ਆ ਦੇਖਣਾ, ਸਾਰੇ ਤੇ ਤੇਰੇ ਅੰਡਰ ਆ। ਇਹਨਾਂ ਨੂੰ ਇੱਕ ਵਾਰੀ ਕਹਿ, ਇਹਨਾਂ ਨੇ ਤੇਰੇ ਨਾਲ ਚੱਲ ਪੈਣਾ। ਤੇ ਜ਼ਰੂਰ ਅੱਖਾਂ ਖੁੱਲ ਗਈਆਂ ਹੋਣੀਆਂ ਉਹਦੀਆਂ। ਕੀ ਲਿਖਿਆ ਭਲਾ? ਜਿੱਦਾਂ ਹੀ ਉਹਨੇ ਫਲ ਤੋੜਿਆ, ਖਾਧਾ, ਤੇ ਨਾਲ ਹੀ ਕੀ ਹੋ ਗਿਆ ਭਲਾ? ਬੋਲੋ ਸਾਰੇ, ਕਦੋਂ ਖੁੱਲੀਆਂ ਭਲਾ? ਫਲ ਖਾਧਾ ਤੇ ਉਹਨਾਂ ਦੀਆਂ ਅੱਖਾਂ ਪਹਿਲਾਂ ਬੰਦ ਸੀ। ਹਾਂਜੀ, ਬੋਲੋ ਸਾਰੇ ਨੇ, ਪਹਿਲਾਂ ਵੀ ਤੇ ਖੁੱਲੀਆਂ ਸੀ ਨਾ ਕਿ ਨਹੀਂ? ਖੁੱਲੀਆਂ ਸੀ, ਪਹਿਲਾਂ ਵੀ ਖੁੱਲੀਆਂ ਸੀ, ਪਰ ਉਹਨਾਂ ਨੂੰ ਮਹਿਸੂਸ ਹੁੰਦਾ ਮੇਰੇ ਮਾਮਾ ਜੀ ਉਹਦੀਆਂ ਅੱਖਾਂ ਆਪਣੀਆਂ ਛੋਟੀਆਂ, ਤੇ ਆਧਾਰ ਕਾਰਡ ਦੀ ਫੋਟੋ ਖਿਚਾਉਣ ਚਲੇ ਗਿਆ। ਤੇ ਉਹ ਜੇ ਫੋਟੋ ਖਿਚਾਉਣ ਲੱਗ ਪੈਂਦਾ, ਕਹਿੰਦੇ ਥੋੜੀਆਂ ਅੱਖਾਂ ਖੋਲੋ। ਉਹ ਜਿੰਨੀਆਂ ਖੁੱਲ ਸਕਦੀਆਂ ਸੀ ਉਹਨੇ ਸਾਰੀਆਂ ਖੋਲ ਦਿੱਤੀਆਂ। ਉਹ ਕਹਿੰਦੇ ਥੋੜੀਆਂ ਹੋਰ ਕੱਢੋ, ਖੋਲੋ। ਕਹਿੰਦਾ ਕੱਢ ਕੇ ਬਾਹਰ ਰੱਖ ਦੇਵਾਂ। ਜਿੰਨੀਆਂ ਖੁੱਲ ਸਕਦੀਆਂ ਸੀਗੀਆਂ ਉਹ ਮੈਂ ਖੋਲਦੇ, ਹੁਣ ਤਾਂ ਇਹ ਹੀ ਆ ਵੀ ਮੈਂ ਕੱਢ ਕੇ ਤੇਰੇ ਅੱਗੇ ਰੱਖ ਦੇਵਾਂ। ਹਨਾ, ਇਹਨਾਂ ਦੀਆਂ ਵੀ ਖੁੱਲ ਗਈਆਂ ਅੱਖਾਂ, ਪਹਿਲਾਂ ਵੀ ਖੁੱਲੀਆਂ ਹੀ ਹੋਈਆਂ ਸੀ, ਪਰ ਉਹ ਖੁੱਲੀਆਂ ਹੋਈਆਂ ਅੱਖਾਂ ਦੇ ਵਿੱਚ ਬਦੀ ਨਹੀਂ ਸੀ ਆਈ। ਕੀ ਨਹੀਂ ਸੀ ਆਈ ਭਲਾ? ਉਦੋਂ ਤੱਕ ਤੁਸੀਂ ਕਾਇਮ ਹੋ ਜਦੋਂ ਤੱਕ ਬਦੀ ਆਉਂਦੀ ਨਹੀਂ।
ਕਹਿੰਦਾ ਇਹਨੂੰ ਖਾਓਗੇ। ਉਹ ਤੇ ਕਹਿੰਦਾ ਆ ਵੀ ਇਹ ਭਲੇ ਦੇ ਬੁਰੇ ਦੀ ਪਛਾਣ ਦੇ ਲਈ ਰੱਖਿਆ ਗਿਆ ਆ, ਪਰ ਇਹਨੂੰ ਤੁਸੀਂ ਖਾਣਾ ਆ ਤੇ ਫਿਰ ਤੁਸੀਂ ਭਲੇ ਤੇ ਬੁਰੇ ਦੀ ਪਹਿਚਾਣ ਦੇ ਵਿੱਚ ਉਹਦੇ ਵਰਗੇ ਹੋ ਜਾਣਾ। ਅਜੇ ਨਹੀਂ ਹੋ, ਅੱਖਾਂ ਤੁਹਾਡੀਆਂ ਖੁੱਲੀਆਂ, ਤੁਹਾਨੂੰ ਪਤਾ ਵੀ ਦਰਖਤ ਲੱਗਾ ਹੋਇਆ, ਫਲ ਵੀ ਲੱਗਾ ਹੋਇਆ, ਤੁਹਾਨੂੰ ਉਹਨੇ ਕਹਿ ਵੀ ਦਿੱਤਾ ਆ ਇਹ ਭਲੇ ਤੇ ਬੁਰੇ ਦੇ ਪਹਿਚਾਣ ਦੇ ਦਰਖਤ ਤੋਂ ਤੁਸੀਂ ਨਹੀਂ ਖਾਣਾ, ਤੁਹਾਨੂੰ ਕਿਹਾ ਆ ਤੇ ਤੁਹਾਨੂੰ ਪਤਾ ਵੀ ਆ ਇਹ ਭਲੇ ਤੇ ਬੁਰੇ ਦੀ ਪਹਿਚਾਣ ਕਰਾਉਣ ਵਾਲਾ ਆ, ਤੇ ਮੈਂ ਤੁਹਾਡਾ ਹਿਤੈਸ਼ੀ ਬਣ ਕੇ ਆਇਆ ਤੇ ਮੈਂ ਤੁਹਾਨੂੰ ਇਹ ਦੱਸਦਾ ਆ ਖਾ ਲਓ, ਉਹਦੇ ਵਰਗੇ ਬਣ ਜਾਓਗੇ। ਇਹ ਕਮਲੇ ਨਹੀਂ ਸਮਝੇ, ਇੱਕ ਨੂੰ ਇਹ ਪਹਿਲਾਂ ਵੀ ਉਹਦੇ ਵਰਗਾ ਬਣਾਉਣ ਆਇਆ ਸੀ ਤੇ ਪੂਰਾ ਯੂਨੀਵਰਸਲ ਉਹਨੂੰ ਨਸ਼ਟ ਕਰਨਾ ਪਿਆ ਸੀ, ਪਹਿਲਾਂ ਧਰਤੀ ਤੇ ਪਹਿਲਾਂ ਆਕਾਸ਼ ਉਹਨੂੰ ਅੱਗ ਦੇ ਨਾਲ ਸਾੜ ਕੇ ਤੇ ਪਾਣੀ ਦੇ ਵਿੱਚ ਡੋਬਣਾ ਪਿਆ ਸੀ। ਫਿਰ ਨਵੀਂ ਸ੍ਰਿਸ਼ਟੀ ਕੀਤੀ, ਲਿਖਿਆ ਨਾ ਧਰਤੀ ਬੇਡੋਲ ਤੇ ਸੁੰਨੀ ਸੀ। ਇਹ ਵੀ ਆ ਗਈ ਪ੍ਰਭਾਵੇ ਦੇ ਵਿੱਚ, ਉਹਨੂੰ ਵੀ ਕਿਹਾ ਸੀ ਤੇਰੇ ਵਰਗਾ ਸੰਗੀਤ ਤੂੰ ਤੇ ਜਿਹੜਾ ਤੂੰ ਸਵਰਗ ਬਣਾਵੇਂਗਾ ਨਾ ਉਸ ਸਵਰਗ ਦੇ ਮੁਕਾਬਲੇ ਆਹ ਸਵਰਗ ਜਿੱਤੇ ਜਿਹਦੇ ਪਿੱਛੇ ਤੂੰ ਖੜਾ ਇਹ ਤੇ ਕੁਛ ਵੀ ਨਹੀਂ। ਤੇ ਉਹਨੇ ਫਿਰ ਕਿਹਾ ਵੀ ਚਲੋ ਚੈੱਕ ਕਰਦੇ ਹਾਂ ਵੀ ਕਿਤੇ ਕਮਜ਼ੋਰ ਨਾ ਪੈ ਜਾਈਏ। ਉਹ ਫਿਰ ਜਿੰਨੇ ਤਾਕਤਵਰ ਫਰਿਸ਼ਤੇ ਸੀਗੇ, ਜਿੰਨੇ ਤਾਕਤਵਰ ਫਰਿਸ਼ਤੇ ਸੀ ਸਾਰਿਆਂ ਦੇ ਨਾਲ ਫਿਰ ਉਹਨੇ ਖੁਸਰ ਫੁਸਰ ਕਰਨੀ ਸ਼ੁਰੂ ਕੀਤੀ, ਕਿੱਦਾਂ ਵੀ ਕੀ ਪ੍ਰੋਗਰਾਮ ਹੈ, ਆਹ ਬੰਦਾ ਠੀਕ ਨਹੀਂ, ਕਹਿੰਦਾ ਜਿਹਦੇ ਪਿੱਛੇ ਮੈਂ ਕਹਿਣਾ ਹਾਂਜੀ ਆਹ ਅੱਗੇ ਤਖ਼ਤ ਸਜਾ ਕੇ ਬੈਠਣਾ ਨਾ ਤੁਹਾਡੇ ਅੱਗੇ ਇਹ ਠੀਕ। ਆਪਾਂ ਐਵੇਂ ਦਿਨ ਰਾਤ ਉੱਡਦੇ ਅੱਖਾਂ ਵੀ ਬੰਦ ਰੱਖਦੇ ਹਾਂ ਤੇ ਹੈਲੇਲੂਯਾ ਦੇ ਨਾਰੇ ਐਵੇਂ ਮਾਰੀ ਜਾਂਦੇ ਰਹਿੰਦੇ ਹਾਂ, ਇਹ ਅੱਗੇ ਬੈਠਾ ਸਾਡਾ ਤਮਾਸ਼ਾ ਦੇਖਦਾ ਰਹਿੰਦਾ ਆ। ਆਪਾਂ ਇੱਕ ਸਕੀਮ ਕਿਉਂ ਨਾ ਲਾਈਏ, ਹਾਂਜੀ ਆਪਾਂ ਇੱਕ ਨਵਾਂ ਹੀ ਸਤਰਕ ਬਣਾ ਦਿੰਦੇ ਹਾਂ, ਕੀ ਕਰਦੇ ਭਲਾ ਆਪਾਂ ਇੱਕ ਨਵਾਂ ਹੀ ਸਵਰਗ ਬਣਾਉਂਦੇ ਹਾਂ। ਤੇ ਉਹ ਕਈਆਂ ਨੂੰ ਫਿਰ ਲੱਗਿਆ ਵੀ ਆਹ ਬੰਦਾ ਜਿਹੜਾ ਨਾ ਥੋੜ੍ਹਾ ਜਿਹਾ ਇਹਦੇ ਕੰਟਰੋਲ 'ਚ ਰਹਾਂਗੇ ਤੇ ਥੋੜ੍ਹਾ ਵਧੀਆ ਲੱਗਣਾ, ਹੈ ਨਾ ਇਹ ਬੰਦਾ ਸਾਡੀ ਰਮਝ ਵਾਲਾ ਹੈ। ਕਿੱਦਾਂ ਦਾ ਭਲਾ ਸਾਡੀ ਅੱਜ ਵੀ ਤੇ ਕਲੀਸੀਆ ਦਾ ਇਹ ਹਾਲ, ਇਹ ਆਪਣੀ ਰਮਝ ਵਾਲਾ ਲੱਭਦੇ, ਕਿੱਦਾਂ ਦਾ ਭਲਾ ਇਹ ਆਪਣੀ ਰਮਝ ਵਾਲਾ ਲੱਭਦੇ। ਰਾਤੀ ਅਸੀਂ ਪੜ੍ਹੀ ਸੀ ਨਾ ਯਸ਼ਾਇਆ ਨਬੀ ਦੀ ਕਿਤਾਬ 'ਚ 30 ਅਧਿਆਇ 'ਚੋਂ, ਕਹਿੰਦੇ ਵੀ ਨਬੀ ਨੂੰ ਉਹ ਕਹਿੰਦੇ ਆ ਤੂੰ ਉਹ ਨਬੂਵਤ ਨਾ ਕਰ ਜਿਹੜੀ ਤੈਨੂੰ ਯਹੋਵਾ ਪਰਮੇਸ਼ਵਰ ਨੇ ਕਰਨ ਦੇ ਲਈ ਕਿਹਾ, ਤੂੰ ਉਹ ਨਬੂਵਤ ਕਰ ਜਿਹੜੀ ਸਾਡੇ ਦਿਲ ਨੂੰ ਚੰਗੀ ਲੱਗੇ, ਤੂੰ ਉਹ ਨਬੂਵਤ ਕਰ ਜਿਹੜੀ ਸਾਡੇ ਦਿਲ ਨੂੰ ਸਕੂਨ ਦੇਵੇ, ਤੂੰ ਉਹ ਨਬੂਵਤ ਕਰ ਤੂੰ ਕਹਿ ਹਾਂਜੀ ਮੈਨੂੰ ਪ੍ਰਭੂ ਦਿਖਾ ਰਿਹਾ ਆ। ਜਿੰਨੇ ਵੀ ਗ੍ਰੀਨ ਕਾਰਡ ਲੈਣ ਵਾਲੇ ਹੈਗੇ ਬੈਠੇ ਇੱਥੇ 2024 ਦੇ ਐਂਡ ਤੱਕ ਉਹਨਾਂ ਨੂੰ ਮੇਰਾ ਪ੍ਰਭੂ ਅਬਾ ਲਬਾ ਸ਼ਬਾ ਕਰਕੇ ਗ੍ਰੀਨ ਕਾਰਡ ਦੇਣ ਵਾਸਤੇ ਕਿੰਨਾ ਸੋਹਣਾ ਹੈਲੇਲੂਯਾ ਨਿਕਲਿਆ, ਅਜੇ ਤੁਹਾਨੂੰ ਮਿਲਿਆ ਨੀ, ਸਵਾਦ ਹੀ ਇੰਨਾ ਨਾ ਗ੍ਰੀਨ ਕਾਰਡ ਦੀ ਗੱਲ ਦੇ ਵਿੱਚ ਕਿੰਨਾ ਸਵਾਦ ਆਇਆ। ਓਦਾਂ ਮੈਂ ਕਹਿੰਦਾ ਹੈਲੇਲੂਯਾ ਕੌਮ ਤੇ ਨਿਕਲਦਾ ਨਹੀਂ, ਆਹ ਦੇਖੋ ਅਜੇ ਮੈਂ ਸਿਟੀਜ਼ਨ ਦੀ ਗੱਲ ਕਰਦਾ ਤੇ ਹੋਰ ਵੱਡਾ ਹੋ ਜਾਣਾ ਸੀ। ਹਾਂਜੀ ਕਹਿੰਦੇ ਬੜਾ ਫਿਰ ਤੇ ਖੜੇ ਹੋ ਜਾਣਾ ਸੀ, ਕਹਿੰਦੇ ਉਹ ਨਬੂਵਤ ਕਰ ਜਿਹੜੀ ਕੀ ਕਰੇ ਭਲਾ ਸਾਡੇ ਦਿਲ ਨੂੰ ਸਕੂਨ ਸਾਨੂੰ ਚੰਗੀ ਲੱਗੇ। ਏਦਾਂ ਦੀ ਨਬੂਵਤ ਨਾ ਕਰੀ ਅਗਲੇ ਐਤਵਾਰ ਅਸੀਂ ਆਈਏ ਹੀ ਨਾ,
ਨਾ ਤੇ ਸਾਨੂੰ ਤੇਰਾ ਰੱਬ ਚੰਗਾ ਲੱਗੇ ਤੇ ਨਾ ਹੀ ਤੂੰ ਚੰਗਾ ਲੱਗੇ। ਤੂੰ ਤੇ ਉਹ ਚਿਕਨੀ ਚੁੱਪੜੀਆਂ ਲਿਖੇ, ਕੀ ਲਿਖੇ ਭੈਣਾ? ਸਾਨੂੰ ਉਹ ਨਬੀ ਚਾਹੀਦਾ ਜਿਹੜਾ ਸਾਡੇ ਨਾਲ ਚਿਕਨੀਆਂ ਚੁੱਪੜੀਆਂ ਗੱਲਾਂ ਕਰੇ, ਜਿਹੜਾ ਸਾਨੂੰ ਖੁਸ਼ ਕਰੇ, ਜਿਹੜਾ ਸਾਡੇ ਮਤਲਬ ਦਾ ਸਾਨੂੰ ਪ੍ਰਚਾਰ ਸੁਣਾਵੇ। ਜੋ ਅਸੀਂ ਕਰੀਏ ਸਾਨੂੰ ਮਨਾ ਕਰਨ ਵਾਲਾ ਨਾ ਹੋਵੇ, ਅਸੀਂ ਆਪਣੀ ਮਨ ਮਰਜ਼ੀ ਕਰੀਏ, ਬਸ ਜਾਈਏ ਜੇਬ ਚੋਂ ਤੈਨੂੰ ਕੱਢੀਏ ਤੇ ਦਈਏ ਤੇ ਤੂੰ ਵੀ ਆਮੀਨ ਕਹਿ ਕੇ ਤੇ ਆਪਣੀ ਜੇਬ ਚ ਪਾਵੇਂ ਤੇ ਨਿਕਲਦਾ ਹੋਵੇ, ਤੂੰ ਆਪਣੇ ਘਰ ਰਾਜੀ ਤੇ ਅਸੀਂ ਅਗਲੇ ਸੰਡੇ ਫਿਰ ਮਿਲਾਂਗੇ ਇਸੇ ਤਰ੍ਹਾਂ ਦੇ ਇੱਕ ਨਵੇਂ ਵਿਚਾਰ ਦੇ ਨਾਲ। ਉਹਨੇ ਚੈੱਕ ਕੀਤੇ ਵੀ ਕਿੰਨੇ ਕਿਤੇ, ਉਹ ਕਿਤੇ ਇੱਕ ਥੋੜੀ ਸੀ, ਬੜੇ ਸੀ ਜਿਹੜੇ ਉਕਤਾ ਚੁੱਕੇ ਸੀ ਉਸ ਧਰਮ ਦੇ ਰਾਜ ਦੇ ਵਿੱਚ ਰਹਿ ਕੇ ਵੀ। ਉਹ ਕਹਿੰਦੇ ਜੀ ਠੀਕ ਆ। ਫਿਰ ਉਹਨੇ ਤੁਲਨਾ ਕੀਤੀ ਤਾਕਤ ਦੀ, ਤੇ ਤਾਕਤ ਦੀ ਜੋ ਤੁਲਨਾ ਕੀਤੀ ਬਾਕੀ ਜਿੰਨੇ ਫਰਿਸ਼ਤੇ ਸੀਗੇ ਤੇ ਜਿਹੜੇ ਇਹਦੇ ਨਾਲ ਆ ਕੇ ਖੜੇ ਹੋਏ, ਉਹ ਇੱਕ ਇੱਕ ਫਰਿਸ਼ਤੇ ਦੇ ਵਿੱਚ ਏਡੀ ਏਡੀ ਜੁਰਤ ਆ ਕਿ ਆਹ ਜਿਹੜੀ ਧਰਤੀ 'ਤੇ ਅਸੀਂ ਰਹਿੰਦੇ ਹਾਂ ਇਹਨੂੰ ਸਿਰਫ ਉਂਗਲੀ ਲਾਉਣ 'ਤੇ ਲੱਭੇ ਨਾ। ਤਾਕਤਵਰ ਕਿੰਨੇ ਭਲਾ, ਇੱਦਾਂ ਦੀ ਧਰਤੀ, ਯਾਨੀ ਕਿ ਇੱਦਾਂ ਦੀਆਂ ਸੌ ਸੌ ਧਰਤੀਆਂ ਨੂੰ ਤਾਂ ਹਵਾ ਦੇ ਵਿੱਚ ਹੀ ਉਡਾ ਦੇਣੇ ਇੱਦਾਂ ਹੀ। ਇੰਨੀ ਸਮਰੱਥ ਦੇ ਕੇ ਪਰਮੇਸ਼ੁਰ ਨੇ ਉਹਨਾਂ ਨੂੰ ਬਣਾਇਆ, ਫਿਰ ਉਹਨੇ ਤਾਕਤ ਦੀ ਤੁਲਨਾ ਕੀਤੀ। ਤੇ ਜਦੋਂ ਤਾਕਤ ਦੀ ਤੁਲਨਾ ਕੀਤੀ ਤਾਂ ਉਹਨੂੰ ਲੱਗਿਆ ਕਿ ਆਹ ਜਿਹੜੇ ਫਰਿਸ਼ਤੇ ਮੇਰੇ ਨਾਲ ਖੜੇ ਹੋਏ ਨਾ ਆ ਕੇ, ਇਹਨਾਂ ਦੇ ਸਾਹਮਣੇ ਤਾਂ ਸਾਰੇ ਕੁਛ ਵੀ, ਇਹ ਸ਼ੇਰ ਆ ਤੇ ਆਹ ਸਾਰੇ ਲੰਗੂਰ ਜਿਹੇ ਹੀ ਆ। ਲੇਕਿਨ ਉਹਨਾਂ ਨੂੰ ਇਹ ਭੁੱਲ ਗਏ, ਇਹ ਸਾਰੇ ਜਿਹਨਾਂ ਨੂੰ ਤੁਸੀਂ ਲੰਗੂਰ ਸਮਝਦੇ ਹੋ ਤੇ ਤੁਸੀਂ ਜਿਹੜੇ ਸਾਰੇ ਆਪਣੇ ਆਪ ਨੂੰ ਤਾਕਤਵਰ ਸਮਝਦੇ ਹੋ, ਇਹ ਜਿਹੜਾ ਤੁਹਾਨੂੰ ਭੜਕਾਉਣ ਡਿਆ ਤੇ ਜਿਹੜੇ ਤਖ਼ਤ ਦੇ ਪਿੱਛੇ ਖੜਾ ਹੁੰਦਾ, ਉਹ ਜਿਹਨੇ ਤੁਹਾਨੂੰ ਏਡੀ ਤਾਕਤ ਦੇ ਕੇ ਬਣਾਇਆ, ਗਲਤੀ ਕਿੱਥੇ ਖਾ ਗਏ ਭਲਾ? ਤਾਕਤਵਰ ਦੇ ਤੂੰ ਚੁਣ ਲਏ, ਮਹਾਰਥੀ ਦੇ ਤੂੰ ਚੁਣ ਲਏ, ਪਰ ਇਹ ਭੁੱਲ ਗਏ ਉਹ ਜਿਹੜਾ ਤਖ਼ਤ ਨਸ਼ੇ ਆ, ਜਿਹੜਾ ਤਖ਼ਤ ਦੇ ਉੱਤੇ ਵਿਰਾਜਮਾਨ ਜਿਹਨੇ ਉਹਨਾਂ ਦੀ ਰਚਨਾ ਕੀਤੀ ਆ, ਉਹ ਉਹਨਾਂ ਦਾ ਬਣਾਉਣ ਵਾਲਾ ਬਣਤਰ ਕਦੇ ਵੀ ਆਪਣੇ ਬਣਾਉਣ ਵਾਲੇ ਤੋਂ ਉੱਪਰ ਹੋ ਸਕਦੀ? ਇਹ ਗੱਲ ਭੁੱਲ ਗਏ। ਜਦੋਂ ਪੂਰੀ ਪਲਾਨ ਇਹਨੇ ਕਰ ਲਈ ਨਾ, ਜਦੋਂ ਇਹਨੇ ਲੱਗਿਆ ਕਿ ਹੁਣ ਇੱਕ ਨਵਾਂ ਸਵਰਗ ਬਣਾਇਆ ਜਾ ਸਕਦਾ, ਪੂਰੀ ਪਲਾਨ, ਤੇ ਪਰਮੇਸ਼ੁਰ ਨੇ ਵੀ ਪੂਰਾ ਪੂਰਾ ਮੌਕਾ ਦਿੱਤਾ ਉਹਨਾਂ ਫਰਿਸ਼ਤਿਆਂ ਨੂੰ ਵੀ ਸਮਝਣ ਦਾ ਧੀਰਜ ਦੇ ਨਾਲ, ਨਹੀਂ ਤੇ ਪਹਿਲਾਂ ਕਹਿ ਸਕਦੇ ਕਿਤੇ ਇਹਦੀ ਗੱਲ ਦੇ ਵਿੱਚ ਨਾ ਆ ਜਾਇਓ, ਇਹਦੀ ਤੇ ਜਿਹੜੀ ਬਰਬਾਦੀ ਹੋਣੀ ਹੋਣੀ ਆ, ਨਾਲ ਤੁਸੀਂ ਵੀ ਸਜ਼ਾ ਦੇ ਵਿੱਚ ਪੈ ਜਾਣਾ ਹੈ। ਪਰਮੇਸ਼ੁਰ ਨੇ ਕਿਸੇ ਨੂੰ ਰੋਕਿਆ, ਕਿਸੇ ਨੂੰ ਟੋਕਿਆ ਨਹੀਂ, ਬਲਕਿ ਉਹਨੇ ਹੋਣ ਦਿੱਤਾ ਉਹਨਾਂ ਨੂੰ, ਉਹਨਾਂ ਦੀ ਆਜ਼ਾਦ ਮਰਜ਼ੀ ਦੇ ਵਿੱਚ ਫੈਸਲਾ ਲੈਣ ਦਿੱਤਾ। ਜਦੋਂ ਸਾਰਿਆਂ ਨੇ ਯੋਜਨਾ ਬਣਾ ਲਈ, ਫਿਰ ਪਰਮੇਸ਼ੁਰ ਦਾ ਕ੍ਰੋਧ ਭੜਕਿਆ, ਇਹਦੀ ਤਾਕਤ ਨੂੰ ਪੂਰਾ ਉਹਨੇ ਅੱਗ ਦੇ ਵਿੱਚ ਸਾੜ ਛੁੱਟਿਆ, ਇਹਨੂੰ ਇਹਦੇ ਮੁਕਾਮ ਤੋਂ ਹਟਾਇਆ। ਉਹ ਜਿਹੜੇ ਫਰਿਸ਼ਤਿਆਂ ਉੱਤੇ ਇਹਨੂੰ ਬੜਾ ਘਮੰਡ ਸੀ ਨਾ ਵੀ ਇਹ ਬੜੇ ਸ਼ਕਤੀਸ਼ਾਲੀ ਫਰਿਸ਼ਤੇ ਆ, ਉਹ ਸਾਰੇ ਫਰਿਸ਼ਤਿਆਂ ਨੂੰ ਉਹਨੇ ਬੰਧਨ ਦੇ ਵਿੱਚ ਲਿਆਂਦਾ ਇੱਕ ਐਸੀ ਜਗ੍ਹਾ ਦੇ ਉੱਤੇ, ਸਦਾ ਕਾਲ ਤੀਕ ਉਹਨਾਂ ਨੂੰ ਐਸੀ ਜਗ੍ਹਾ ਦੇ ਉੱਤੇ ਬੰਨ੍ਹ ਦਿੱਤਾ ਜਿੱਥੋਂ ਕਦੇ ਹਿੱਲ ਵੀ ਨਹੀਂ ਸਕਦੇ। ਯਹੂਦਾ ਦੀ ਪੱਤਰੀ ਜਦੋਂ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਉਹਨਾਂ ਫਰਿਸ਼ਤਿਆਂ ਦਾ ਜ਼ਿਕਰ ਆਉਂਦਾ ਜਿਹਨਾਂ ਨੂੰ ਪਰਮੇਸ਼ੁਰ ਨੇ ਸਦਾ ਕਾਲ ਦੇ ਲਈ ਬੰਨ੍ਹ ਦਿੱਤਾ, ਜਿਹੜੇ ਕਦੇ ਆਜ਼ਾਦ ਕੀਤੇ ਹੀ ਨਹੀਂ ਜਾ ਸਕਦੇ।
ਉਹਨਾਂ ਦਾ ਸਿਰਫ ਜਦੋਂ ਪਰਮੇਸ਼ੁਰ ਨੇ ਨਿਆਂ ਕਰਨਾ ਆ ਉਸ ਜਗ੍ਹਾ ਤੋਂ ਕੱਢ ਕੇ ਤੇ ਸ਼ੈਤਾਨ ਦੇ ਨਾਲ ਹੀ ਉਹਨੂੰ ਨਰਕ ਦੇ ਵਿੱਚ ਸੁੱਟਣਾ ਉਸ ਅੱਗ ਤੇ ਗੰਧਕ ਦੀ ਝੀਲ ਦੇ ਵਿੱਚ ਜਿਹਨਾਂ ਦੇ ਉੱਤੇ ਇਹਨੂੰ ਬੜਾ ਭਰੋਸਾ ਸੀ। ਸੋ ਇਹ ਜਿਹੜਾ ਆਉਂਦਾ ਨਾ ਪਾੜ ਖਾਣ ਵਾਲੇ ਸ਼ੇਰ ਵਾਂਗੂ ਇਹ ਤੋਂ ਅਗਾਹ ਕਰਦਾ ਹੈ ਬੱਚਾ, ਚੌਕਸ ਰਹੋ ਕੀ ਰਹੋ ਭਲਾ, ਸਤਰਕ ਰਹੋ ਸਾਵਧਾਨ ਰਵੋ। ਕਹਿੰਦਾ ਜਿਹੜੀ ਮਿਹਨਤ ਅਸੀਂ ਤੁਹਾਡੇ ਵਿੱਚ ਕੀਤੀ ਆ ਉਹ ਮਿਹਨਤ ਅਕਾਲ ਚ ਨਾ ਜਾਵੇ, ਉਹ ਮਿਹਨਤ ਕਿਤੇ ਏਦਾਂ ਹੀ ਬਰਬਾਦ ਨਾ ਹੋ ਜਾਵੇ। ਉਹ ਲਿਖਣ ਵਾਲਾ ਸੰਤ ਪਾਲੂਸ ਜਿਹੜਾ ਬਹੁਤ ਵਿਸਤਾਰ ਦੇ ਨਾਲ ਇਹਨਾਂ ਗੱਲਾਂ ਨੂੰ ਲਿਖਦਾ ਆ, ਉਹ ਤੇ ਇਹਨਾਂ ਗੱਲਾਂ ਨੂੰ ਹੋਰ ਵੀ ਨਿਖਾਰਦਾ ਸੀ। ਪੜ੍ਹਾਂਗੇ ਇੱਕ ਵਚਨ ਤਾਂ ਕਿ ਅਸੀਂ ਹੋਰ ਸਮਝ ਸਕੀਏ। ਤਿਮੋਥੀਸ ਦਾ ਖਤ, ਸੋਰੀ ਇਬਰਾਨੀ ਦਾ, ਇਬਰਾਨੀ ਦਾ ਖਤ 6:4 ਜੀ ਪੜ੍ਹੀਏ। ਕਿਉਂਕਿ ਜਿਨ੍ਹਾਂ ਨੇ ਇੱਕ ਵਾਰ ਜੋਤੀ ਪਾਈ, ਗੱਲ ਕਿਹਨਾਂ ਦੀ ਹੋ ਰਹੀ ਭਲਾ, ਬੋਲੋ ਸਾਰੇ ਕਿਹਨਾਂ ਦੀ ਜੀ, ਜਿਹੜੇ ਮਸੀਹ ਦੇ ਵਿੱਚ ਆਏ ਹੋਏ, ਜਿਨ੍ਹਾਂ ਨੇ ਮਸੀਹ ਦੇ ਗਿਆਨ ਨੂੰ ਪਾਇਆ। ਰਾਤੀ ਬੇਸੀ ਦੇ ਨਾਲ ਦੀ ਇੱਕ ਮਿਲਦੀ ਜੋ ਇਹ ਵਰਸ ਨੂੰ ਪੜ੍ਹਿਆ ਸੀ, ਪਹਿਲਾਂ ਉਹਨੂੰ ਵੀ ਨਾਲ ਹੀ ਪੜ੍ਹ ਲਈ ਤਾਂ ਕਿ ਅਸੀਂ ਉਹਦੀ ਬਰੀਕੀ ਨੂੰ ਸਮਝ ਸਕੀਏ। 2:9 ਦੇ ਵਿੱਚ ਪੜ੍ਹਿਆ ਸੀ ਅਸੀਂ, ਜੋ ਕੋਈ ਆਗੇ ਬੜ ਜਾਤਾ ਹੈ ਔਰ ਮਸੀਹ ਕੀ ਸ਼ਿਕਸ਼ਾ ਮੇਂ ਬਣਾ ਨਹੀਂ ਰਹਿਤਾ ਉਸਕੇ ਪਾਸ ਪਰਮੇਸ਼ੁਰ ਨਹੀਂ, ਜੋ ਕੋਈ ਉਸਕੀ ਸ਼ਿਕਸ਼ਾ ਮੇਂ ਸਥਿਰ ਰਹਿਤਾ ਹੈ ਉਸਕੇ ਪਾਸ ਪਿਤਾ ਵੀ ਹੈ ਔਰ ਪੁੱਤਰ ਵੀ ਹੈ। ਹੁਣ ਉਸੇ ਅੱਜ ਦੇ ਉੱਤੇ ਫਿਰ ਦੁਬਾਰਾ ਅਸੀਂ ਉਹਨੇ ਜਿਹਨੂੰ ਅਸੀਂ ਪੜ੍ਹ ਰਹੇ ਹਾਂ ਇਬਰਾਨੀਓ 6:1, ਉੱਥੇ ਤਾਂ ਕਹਿੰਦਾ ਵੀ ਜਿਹੜਾ ਉਹਦੀ ਸਿੱਖਿਆ ਦੇ ਵਿੱਚ ਬਣਿਆ ਨਹੀਂ ਨਾ ਰਹਿੰਦਾ ਉਹਦੇ ਕੋਲ ਪਰਮੇਸ਼ੁਰ ਹੈ ਹੀ ਨਹੀਂ। ਸਾਰੇ ਬੋਲੋ ਕੀ ਹੈ ਭਲਾ, ਦੂਜੇ ਸ਼ਬਦਾਂ ਦੇ ਵਿੱਚ ਪਰਮੇਸ਼ੁਰ ਕਿਹਦੇ ਕੋਲ ਨਹੀਂ ਹੈ, ਜਿਹੜਾ ਉਹਦੀ ਸਿੱਖਿਆ ਦੇ ਵਿੱਚ ਬਣਿਆ ਗੁਰਸਾਹਿਬ, ਜਿਹੜਾ ਉਹਦੀ ਸਿੱਖਿਆ ਵਿੱਚ ਬਣਿਆ ਨਹੀਂ ਰਹਿੰਦਾ ਉਹਦੇ ਕੋਲ ਪਰਮੇਸ਼ੁਰ ਆ ਨਹੀਂ। ਕੋਈ ਮਾਇਨਾ ਰੱਖਦਾ ਵੀ ਤੁਸੀਂ ਚਰਚ ਵਿੱਚ ਆ ਕੇ ਬੈਠੇ ਹੋ ਤੇ ਪਰਮੇਸ਼ੁਰ ਤੁਹਾਡੇ ਕੋਲ ਹੈ, ਇਸ ਗਲਤ ਫਹਿਮੀ ਦੇ ਵਿੱਚ ਨਹੀਂ ਰਹਿਣਾ ਕਿ ਅਸੀਂ ਚਰਚ ਵਿੱਚ ਆ ਕੇ ਬੈਠੇ ਹਾਂ ਤੇ ਪਰਮੇਸ਼ੁਰ ਸਾਡੇ ਨਾ, ਬਲਕਿ ਜਿਹੜਾ ਲਿਖਿਆ ਉਹਦੀ ਸਿੱਖਿਆ ਦੇ ਵਿੱਚ ਬਣਿਆ ਰਹਿੰਦਾ, ਜਿਹੜਾ ਅੱਗੇ ਵੱਧਦਾ ਆ ਕਦਮ ਅੱਗੇ ਵਧਾਉਂਦਾ, ਉਹਦਾ ਕਦਮ ਵਧਾਉਣ ਦਾ ਕੋਈ ਫਾਇਦਾ ਨਹੀਂ ਜੇ ਸਿੱਖਿਆ ਦੇ ਵਿੱਚ ਬਣਿਆ ਨਾ ਰਵੇ। ਤੇ ਜੇ ਸਿੱਖਿਆ ਦੇ ਵਿੱਚ ਬਣਿਆ ਰਵੇਗਾ ਫਿਰ ਪਰਮੇਸ਼ੁਰ ਵੀ ਉਹਦੇ ਕੋਲ ਆ ਤੇ ਪਿਤਾ ਵੀ ਉਹਦੇ ਕੋਲ ਆ ਤੇ ਪੁੱਤਰ ਵੀ ਉਹਦੇ ਕੋਲ ਆ। ਪਰ ਜੇ ਉਹ ਸਿੱਖਿਆ ਦੇ ਵਿੱਚ ਨਹੀਂ ਬਣਿਆ ਰਹਿੰਦਾ ਤੇ ਫਿਰ ਉਹਦੇ ਕੋਲ ਨਹੀਂ ਹੈ। ਤੇ ਇੱਕ ਗੱਲ ਹੋਰ ਯਾਦ ਰੱਖੋ, ਵਚਨ ਫਿਰ ਤਸੱਲੀ ਦਿੰਦਾ ਕੋਲ ਨਹੀਂ ਆ ਪਰ ਤੁਸੀਂ ਕੋਲ ਲਿਆ ਸਕਦੇ ਹੋ। ਹਲੇ ਲਈ ਹੈ ਕੀ ਕਰ ਸਕਦੇ ਭਲਾ, ਕੋਲ ਭਲਾ ਕਿਉਂ ਨਹੀਂ ਹੈ, ਕਿਉਂਕਿ ਤੁਸੀਂ ਉਹਦੀ ਸਿੱਖਿਆ ਦੇ ਵਿੱਚ ਬਣੇ ਨਹੀਂ ਰਹੇ। ਪਰ ਅਜੇ ਦੇਰ ਦੇ ਵਿੱਚੋਂ ਕੱਢਿਆ, ਚਾਂਸ ਭਲਾ ਕੀ ਹੈ, ਅਜੇ ਵੀ ਅਜੇ ਵਿਰੋਧੀ ਨੇ ਕੀ ਕੀਤਾ ਭਲਾ, ਪਹਿਲਾਂ ਬਾਗੇ ਦੇ ਵਿੱਚੋਂ ਕਢਾਇਆ ਨਾ, ਹੁਣ ਵਿਰੋਧੀ ਤੁਹਾਨੂੰ ਕਲੀਸੀਆ ਚੋਂ ਕਢਾਉਂਦਾ, ਸੰਗਤ ਦੇ ਵਿੱਚੋਂ ਕਢਾਉਂਦਾ। ਸੰਗਤ ਦੇ ਵਿੱਚੋਂ ਕਢਾ ਕੇ ਵੀ ਤੁਸੀਂ ਕਦੇ ਵੀ ਨਿਰਾਸ਼ ਨਾ ਹੋ ਜਾਇਓ ਵੀ ਹੁਣ ਰਸਤਾ ਬੰਦ ਹੋ ਗਿਆ ਹੈ, ਰਸਤਾ ਇੰਨੀ ਜਲਦੀ ਬੰਦ ਕਰਦਾ ਲਿਖਿਆ ਨਾ, ਪੜ੍ਹਿਆ ਨਾ ਅਸੀਂ ਬੜੇ ਧੀਰਜ ਦੇ ਨਾਲ ਕੀ ਕਰਦਾ ਭਲਾ,
ਬੜੇ ਧੀਰਜ ਦੇ ਨਾਲ ਉਹ ਇਸ ਉਮੀਦ ਦੇ ਵਿੱਚ ਵੀ ਆ ਔਰ ਇਸ ਪਲਾਨਿੰਗ ਦੇ ਨਾਲ ਚੱਲਦਾ ਆ ਹਰੇਕ ਮਨੁੱਖ ਨੂੰ ਉਸ ਜ਼ਿੰਦਗੀ ਨੂੰ ਪਾਉਣ ਦਾ ਮੌਕਾ ਮਿਲੇ, ਕਿਉਂਕਿ ਕਿਸੇ ਦਾ ਨਾਸ਼ ਚਾਹੁੰਦਾ ਨਾਸ਼ ਚਾਹੁੰਦਾ ਨਹੀਂ ਆ। ਇਸ ਲਈ ਮੌਕਾ ਕਦੋਂ ਤੱਕ ਆ ਭਲਾ? ਜਦੋਂ ਤੱਕ ਦਿਲੋਂ ਨਿਕਲਦੇ, ਬੋਲੋ ਸਾਰੇ ਕਿੱਥੋਂ, ਦਿਲੋਂ ਨਿਕਲਦੇ ਨਹੀਂ। ਬਾਗੇ ਅਦਨ ਚੋਂ ਕਢਾ ਸਕਦਾ ਆ ਪਰ ਦਿਲ ਦੇ ਵਿੱਚੋਂ ਕਢਾ ਸਕਦਾ ਨਹੀਂ। ਉਹ ਜਿਹਨੂੰ ਪਰਮੇਸ਼ਵਰ ਦੇ ਬਾਗ ਤੋਂ ਕਢਾਇਆ ਸੀ, ਇੱਕ ਨੂੰ ਬਾਗੇ ਅਦਨ ਚੋਂ ਕਢਾਇਆ ਤੇ ਦੂਜੇ ਨੂੰ ਕਿੱਥੋਂ ਭਲਾ? ਬੋਲੋ ਸਾਰੇ ਕਿੱਥੋਂ ਜੀ? ਇੱਕ ਨੂੰ ਪਰਮੇਸ਼ਵਰ ਦੇ ਬਾਗ ਚੋਂ ਕਢਾਇਆ ਜਿਹੜਾ ਲੂਸੀਫਰ ਸੀ। ਲੂਸੀਫਰ ਦੇ ਲਈ ਕੋਈ ਤੋਹਫਾ ਨਹੀਂ ਹੈ, ਲੂਸੀਫਰ ਦੇ ਲਈ ਸਿਰਫ ਸਜ਼ਾ ਹੈ। ਲੇਕਿਨ ਜਿਹੜਾ ਇਹ ਸੀਗਾ, ਕਿਉਂਕਿ ਲੂਸੀਫਰ ਦੀ ਰਚਨਾ ਬੇਸ਼ੱਕ ਬਾ ਕਮਾਲ ਸੀ, ਉਹਦੇ ਵਰਗਾ ਕੁਛ ਨਹੀਂ ਸੀ ਬਣਾਇਆ ਉਹਨੇ ਪਹਿਲਾਂ, ਲੇਕਿਨ ਇਹ ਲੂਸੀਫਰ ਦੇ ਨਾਲ ਇਹਦੀ ਤੁਲਨਾ ਕੀਤੀ ਜਾਵੇ ਤੇ ਲੂਸੀਫਰ ਇਹਦੇ ਸਾਹਮਣੇ, ਇਹਦੀ ਬਣਤਰ ਬੇਸ਼ੱਕ ਮਿੱਟੀ ਤੋਂ ਪਰ ਲੂਸੀਫਰ ਦੀ ਕੋਈ ਔਕਾਤ ਨਹੀਂ ਹੈ ਇਹਦੇ ਸਾਹਮਣੇ। ਕਿਉਂ? ਕਿਉਂਕਿ ਜੋ ਜਲਾਲ ਇਹਦੇ ਵਿੱਚ ਆ ਉਹ ਲੂਸੀਫਰ ਦੇ ਉਹਨਾਂ ਹੀਰੇ ਮੋਤੀ ਜਵਾਹਰਾਤਾਂ ਦੇ ਵਿੱਚ ਵੀ, ਬਣਤਰ ਦੇ ਤਰੀਕੇ ਦੇ ਨਾਲ, ਬੜੀਆਂ ਉੱਤਮ ਚੀਜ਼ਾਂ ਦੇ ਨਾਲ ਤੇ ਇਹ ਖਾਕ ਤੋਂ, ਪਰ ਇਸ ਖਾਕ ਦੇ ਵਿੱਚ ਉਹਨੇ ਆਪਣੇ ਸਾਹ ਨੂੰ ਆਪਣੇ ਦਮ ਨੂੰ ਪਾਇਆ ਤੇ ਇਹ ਜਲਾਲੀ ਹੋ ਗਈ। ਹਲੇਲੂਇਆ। ਇਸ ਇਹਦੇ ਇਸ ਜਲਾਲ, ਕਿਉਂਕਿ ਪਰਮੇਸ਼ੁਰ ਨੇ ਇਹਦੇ ਵਿੱਚ ਆਪਣਾ ਜਲਾਲ ਰੱਖਿਆ। ਕੀ ਕੀਤਾ ਭਲਾ? ਪਰਮੇਸ਼ੁਰ ਨੇ ਇਹਦੇ ਵਿੱਚ ਆਪਣਾ ਜਲਾਲ ਰੱਖਿਆ। ਇੱਕ ਯਾਦ ਆ ਮੈਨੂੰ ਹੁਣ ਪਾਸਟਰ ਦਾ, ਮੈਂ ਨਾਂ ਨਹੀਂ ਲੈਣਾ, ਰੰਗ ਉਹਦਾ ਬੜਾ ਕਾਲਾ ਮੇਰੇ ਨਾਲੋਂ ਵੀ, ਬਾਬਾ ਕਾਲਾ। ਤੇ ਉਹ ਓਦਾਂ ਜਦੋਂ ਅਸੀਂ ਮਿਲਦੇ ਹੁੰਦੇ ਸੀ ਤੇ ਉਦੋਂ ਏਦਾਂ ਖਾਸ ਜਿਹਾ ਨਹੀਂ ਸੀ ਲੱਗਦਾ, ਲੇਕਿਨ ਜਦੋਂ ਵਚਨ ਸੁਣਨਾ, ਜਦੋਂ ਉਹਨੇ ਪੁਲਪਟ ਤੇ ਆਉਣਾ, ਉਦੋਂ ਉਹਦੇ ਉਸ ਕਾਲੇ ਜਿਹੇ ਚਿਹਰੇ ਦੇ ਵਿੱਚੋਂ ਏਦਾਂ ਦਾ ਜਲਾਲ ਪ੍ਰਗਟ ਹੁੰਦਾ ਸੀ, ਇੰਨੀ ਖੂਬਸੂਰਤੀ ਨਜ਼ਰ ਆਉਂਦੀ ਸੀ, ਏਦਾਂ ਲੱਗਦਾ ਸੀ ਵੀ ਜਿਵੇਂ ਕੋਈ ਦਾਸ ਨਹੀਂ ਬਲਕਿ ਖੁਦਾ ਆਪ ਹੀ ਪੁਲਪਟ ਦੇ ਉੱਤੇ ਖੜਾ। ਸੋ ਜਦੋਂ ਉਹਦੀ ਹਜ਼ੂਰੀ ਆਉਂਦੀ ਨਾ ਕਿਸੇ ਉੱਤੇ ਆ ਕੇ ਠਹਿਰਦੀ ਹੈ, ਵਾਸਤਵ ਦੇ ਵਿੱਚ ਅਸੀਂ ਗਾਉਂਦੇ ਭਾਵੇਂ ਜਿੱਦਾਂ ਮਰਜ਼ੀ ਹਾਂ ਵੀ ਯੱਸੂ ਮੇਰਾ ਸੁੰਦਰ ਹੈ, ਲੇਕਿਨ ਇਹ ਵਚਨ ਹੀ ਦੱਸਦਾ ਆ ਯੱਸੂ ਮਸੀਹ ਹਕੀਕਤ ਦੇ ਵਿੱਚ ਖੂਬਸੂਰਤ ਨਹੀਂ ਸੀ। ਜਿਹੜੀ ਉਹਦੀ ਸ਼ਕਲੋ ਸੂਰਤ ਸੀ ਉਹਦੇ ਵਿੱਚ ਯੱਸੂ ਮਸੀਹ ਖੂਬਸੂਰਤ ਨਹੀਂ ਸੀ, ਲੇਕਿਨ ਉਹਦੀ ਖੂਬਸੂਰਤੀ ਜਿਹਨੂੰ ਅਸੀਂ ਸ਼ਬਦਾਂ ਦੇ ਵਿੱਚ ਗਾ ਕੇ ਬਿਆਨ ਕਰਦੇ ਹਾਂ ਉਹ ਉਹੋ ਹੀ ਖੂਬਸੂਰਤੀ ਆ ਜਿਹੜੀ ਉਸ ਚੀਜ਼ ਦੇ ਆਕਾਸ਼ ਤੋਂ ਉਹਦੇ ਅੰਦਰ ਸੀ। ਹਾਲੇਲੂਇਆ। ਸਰੀਰਕ ਤੌਰ ਤੇ ਖੂਬਸੂਰਤ ਨਹੀਂ, ਲੇਕਿਨ ਆਤਮਿਕ ਤੌਰ ਦੇ ਉੱਤੇ ਉਹਦਾ ਕੋਈ ਮੁਕਾਬਲਾ ਕਰ ਸਕਦਾ? ਇਸ ਲਈ ਇਹ ਵੀ ਨਾ ਕਦੇ ਟੈਨਸ਼ਨ ਲਿਆ ਕਰੋ ਵੀ ਅਸੀਂ ਖੂਬਸੂਰਤ ਨਹੀਂ ਤੇ ਖਰੇ ਰੱਬ ਸਾਨੂੰ ਪਿਆਰ ਨਹੀਂ ਕਰਦਾ, ਕਿਉਂਕਿ ਉਹਨੇ ਹਰੇਕ ਦੇ ਭਰਮ ਨੂੰ ਤੋੜਿਆ। ਇਸੇ ਲਈ ਉਹ ਖੂਬਸੂਰਤ ਨਹੀਂ ਬਣ ਕੇ ਆਇਆ ਤਾਂ ਕਿ ਜਿਹੜੇ ਖੂਬਸੂਰਤ ਨਹੀਂ ਉਹਨਾਂ ਨੂੰ ਆਪਣੇ ਨਾਲ ਮਿਲਾ ਸਕੇ। ਲੋਕੀ ਤੇ ਬੜੇ ਬੜੇ ਉਹਨਾਂ ਦੇ ਦੇਵਤੇ ਤੇ ਬੜੇ ਉਹਨਾਂ ਦੇ ਸੋਹਣੇ ਸੁਨੱਖੇ ਕਰਕੇ ਬਣਾ ਕੇ ਉਹਨਾਂ ਦੇ ਤਸਵੀਰਾਂ ਹੀ ਐਸੀਆਂ ਬਣਾਈਆਂ ਜੇ ਬੰਦਾ ਕਹਿੰਦਾ ਕਿਆ ਕਲਾਕਾਰੀ ਹੈ ਨਾ। ਲੇਕਿਨ ਜਿਹੜਾ ਤੁਹਾਨੂੰ ਨਜਾਤ ਦੇਣ ਦੇ ਲਈ ਆਇਆ ਉਹਦੇ ਵੱਲ ਦੇਖਿਆ, ਲਿਖਿਆ ਵਚਨ ਦੇ ਵਿੱਚ ਯਸ਼ਾਇਆ 53 ਦੇ ਵਿੱਚ, ਉਹਦਾ ਨਾ ਤੇ ਕੋਈ ਰੂਪ ਸੀ ਤੇ ਨਾ ਕੋਈ, ਪਰਮੇਸ਼ਵਰ ਦਾ ਮਾਰਿਆ ਕੁਚਲਿਆ ਤੇ ਸੋਗ ਦਾ ਭਰਿਆ,
ਉਹ ਏਦਾਂ ਦਾ ਸੀ ਕਿ ਕੋਈ ਉਹਦੇ ਵੱਲ ਵੇਖਦਾ ਵੀ ਨਹੀਂ ਸੀ, ਤੇ ਕੰਨੀ ਕਤਰਾ ਕੇ ਲੋਕ ਸੈਡ ਥਾਣੀ ਨਿਕਲੀ ਜਾ ਰਹੇ ਸੀ। ਲੇਕਿਨ ਉਹ ਜਿੱਥੋਂ ਕੰਨੀ ਕਤਰਾ ਕੇ ਲੋਕ ਨਿਕਲਦੇ ਸੀ ਨਾ ਸੈਡ ਤੋਂ, ਉਹ ਹੀ ਅੱਜ ਤੁਹਾਡੀ ਤੇ ਮੇਰੀ ਜ਼ਿੰਦਗੀ ਬਣੀ। ਹਾਲੇਲੂਇਆ। ਸੋ ਇਹ ਪਤਾ ਲੱਗਦਾ ਹੈ ਵੀ ਅਸੀਂ ਉਹਦੇ ਦਿਲ ਦੇ ਵਿੱਚ। ਹਾਲੇਲੂਇਆ। ਸੋ ਇਸ ਲਈ ਬੰਦਾ ਕਹਿੰਦਾ ਕਿਉਂਕਿ ਜਿਨ੍ਹਾਂ ਨੇ ਏਕ ਵਾਰ ਜੋਤੀ ਪਾਈ, ਜੋ ਸਵਰਗੀ ਵਰਦਾਨ ਕਾ ਸਵਾਦ ਚੱਖ ਚੁੱਕੇ ਔਰ ਪਵਿੱਤਰ ਆਤਮਾ ਕੇ ਭਾਗੀ ਹੋ ਗਏ ਔਰ ਪਰਮੇਸ਼ੁਰ ਕੇ ਉੱਤਮ ਵਚਨ ਕਾ ਔਰ ਆਨੇ ਵਾਲੇ ਯੁੱਗ ਕੀ ਸਮਰਥ ਕਾ ਸਵਾਦ ਚੱਖ ਚੁੱਕੇ, ਯਦੀ ਮੈਂ ਭਟਕ ਜਾਏ ਤੋ ਉਹਨੇ ਮਨ ਫਿਰਾਓ ਕੇ ਲੀਏ ਫਿਰ ਨਯਾ ਬਨਾਨਾ ਅਨਹੋਨਾ ਹੈ। ਦੁਬਾਰਾ ਇਹਨਾਂ ਨੂੰ ਨਵਾਂ ਜਨਮ ਦਿਵਾਉਣਾ ਕੀ ਹੈ ਭਲਾ? ਬੋਲੋ ਸਾਰੇ ਕੀ ਹੈ ਭਲਾ? ਇਹ ਕਦੋਂ ਅਨਹੋਣਾ ਹੈ? ਜਦੋਂ ਫਿਰ ਇਹ ਫੈਸਲਾ ਲੈ ਲੈਣ ਵੀ ਸਾਨੂੰ ਤੂੰ ਚਾਹੀਦਾ, ਜਦੋਂ ਇਹ ਸਿੱਖਿਆ ਦੇ ਉੱਤੇ ਬਣੇ ਨਾ ਰਹਿਣ, ਜਦੋਂ ਇਹ ਭਟਕ ਜਾਣ ਤੇ ਫਿਰ ਦੁਬਾਰਾ ਉਸੇ ਚਿੱਕੜ ਦੇ ਵਿੱਚ ਜਿੱਥੋਂ ਸੂਰ ਦੀ ਹਾਲਤ ਦੇ ਵਿੱਚ ਪ੍ਰਭੂ ਯਸੂ ਮਸੀਹ ਨੇ ਆਪ ਉਤਰ ਕੇ ਕੱਢਿਆ ਸੀ, ਬਾਹਰੋਂ ਰੱਸੀ ਸੁੱਟ ਕੇ ਨਹੀਂ ਵੀ ਆ ਜਾ ਗੰਦ ਤੋਂ ਬਾਹਰ ਆ ਜਾ ਨਾ, ਬਲਕਿ ਉਸ ਗੰਦ ਦੇ ਵਿੱਚ ਉਤਰ ਕੇ ਇਹਨੂੰ ਉਹਦੇ ਵਿੱਚੋਂ ਕੱਢ ਕੇ ਸਾਫ਼ ਸੁਥਰਾ ਕਰਕੇ ਆਪਣੇ ਨਾਲ ਬਿਠਾਇਆ। ਲਿਖਿਆ ਨਾ ਉਹਨੇ ਸਾਨੂੰ ਸਵਰਗੀ ਮੁਕਾਮਾਂ ਦੇ ਵਿੱਚ ਪਹੁੰਚਾਇਆ। ਕਿੱਥੇ ਜੀ? ਬੋਲ ਸਕਦੇ ਕਿੱਥੇ ਜੀ? ਤੇ ਜਦੋਂ ਆਪਾਂ ਕਲੱਬ ਦੇ ਵਿੱਚ ਹੁੰਦੇ ਫਿਰ ਸਵਰਗੀ ਮੁਕਾਮਾਂ 'ਚ ਹੁੰਦੇ ਹਾਂ। ਹਾਂਜੀ, ਜਦੋਂ ਦੋ ਪੈਗ ਲੈ ਕੇ ਤੂੰ ਨਹੀਂ ਬੋਲਦੀ ਤੇਰੇ 'ਚੋਂ ਤੇਰਾ, ਅੱਗੇ ਮੈਂ ਨਹੀਂ ਕਹਿਣਾ, ਉਹ ਤੁਹਾਨੂੰ ਪਤਾ ਹੀ ਹੈ ਕਿਹੜਾ ਬੋਲਦਾ ਹਨਾ, ਉਦੋਂ ਫਿਰ ਇੱਦਾਂ ਹੀ ਹੁੰਦਾ। ਹਾਂਜੀ, ਕਿੱਥੇ ਭਲਾ ਬੈਠੇ? ਕਿੱਥੇ ਬੋਲੋ ਸਾਨੂੰ ਕਿੱਥੇ ਬੈਠੇ? ਭਲਾ ਬੈਠੇ ਸਵਰਗੀ ਸਾਵਾਂ ਦੇ ਵਿੱਚ। ਜਦੋਂ ਵਚਨ ਪ੍ਰਚਾਰ ਕਰਨਾ ਉਹਦੇ ਕਹਿਣਾ ਉਸਨੇ ਹਮੇ ਕੀਚ ਸੇ ਨਿਕਾਲ ਕਰ ਆਪਣੇ ਸਾਥ ਸਵਰਗੀ ਸਥਾਨੋਂ ਮੇਂ, ਸਵਰਗੀ ਸਥਾਨੋਂ ਮੇਂ ਉਸਨੇ ਹਮੇ ਮਹਿਮਾ ਦੀ। ਇਹ ਮਹਿਮਾ ਜਿਹੜੀ ਸਵਰਗੀ ਸਥਾਨਾਂ ਦੇ ਵਿੱਚ ਉਹਨੇ ਦਿੱਤੀ ਹੈ, ਇਹ ਇਸੇ ਲਈ ਦਿੱਤੀ ਹੈ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਇਸ ਸੰਸਾਰ ਤੋਂ ਵੱਖਰੇ ਨਜ਼ਰ ਆਉਣੇ। ਹਾਲੇਲੂਇਆ। ਜੇ ਤੁਸੀਂ ਏਦਾਂ ਦੇ ਗੰਦ ਮੰਦ ਦੇ ਵਿੱਚ ਨਜ਼ਰ ਗੰਦੇ ਬੰਦੇ ਆਉਂਦੇ ਹੋ ਫਿਰ ਤੁਸੀਂ ਸਵਰਗੀ ਮੁਕਾਮਾਂ ਦੇ ਵਿੱਚ ਬੈਠਣ ਦੇ ਯੋਗ। ਉਹਨੇ ਤੇ ਤਰਸ ਕਰਕੇ ਬਿਠਾਇਆ ਸੀ ਪਰ ਤੁਸੀਂ ਉਹਦੀ ਕਦਰ ਕੀਤੀ, ਤੇ ਜੇ ਕੋਈ ਬਿਠਾਵੇ ਨਾ ਤੇ ਫਿਰ ਕਦਰ ਕਰ ਲਈ ਦੀ ਹੁੰਦੀ। ਹਾਲੇਲੂਇਆ। ਕੀ ਕਰਦੀ ਭਲਾ ਫਿਰ? ਜੇ ਕੋਈ ਬਿਠਾਵੇ ਤੇ ਫਿਰ ਕਦਰ ਕਰ ਲੈਂਦੀ ਆ, ਇਹ ਨਾ ਹੋਵੇ ਬਾਅਦ ਵਿੱਚ ਫਿਰ ਬਿਠਾ ਕੇ ਜਦੋਂ ਫੈਲਾਇਆ ਜਾਂਦਾ ਨਾ ਉਦੋਂ ਫਿਰ ਉੱਥੇ ਸੁੱਟਿਆ ਜਾਂਦਾ ਜਿੱਥੇ ਪਹਿਲਾਂ ਸੀ, ਉਸ ਤੋਂ ਵੀ ਕਿਤੇ ਕਈ ਗੁਣਾ ਥੱਲੇ। ਕਹਿੰਦਾ ਤੂੰ ਜਿਹਦੇ ਮਨ ਦੇ ਵਿੱਚ ਇਹ ਘਮੰਡ ਆਇਆ ਕਿ ਮੈਂ ਆਕਾਸ਼ਾਂ ਤੋਂ ਵੀ ਉੱਚਾ ਇੱਕ ਸਿਹਾਸਨ ਬਣਾਵਾਂ, ਉੱਚਾ ਨਹੀਂ ਤੂੰ ਪਤਾਲ ਦੀਆਂ ਗਹਿਰਾਈਆਂ ਤੱਕ ਡਿੱਗਿਆ ਜਾਵੇਗਾ। ਕਿੱਥੇ? ਜਦੋਂ ਬਣਾ ਕੇ ਰੱਖਿਆ ਉਦੋਂ ਉੱਥੇ, ਪਰ ਜਦੋਂ ਡਿੱਗਿਆ ਉਦੋਂ ਉੱਥੇ ਨਹੀਂ। ਇਹ ਤਾਂ ਜਾਣ ਫਿਰਦਾ ਸੀ ਪਰ ਉਹ ਜਿੱਥੇ ਸੀ ਫਿਰ ਉੱਥੇ ਵੀ ਰੱਖਿਆ ਨਹੀਂ, ਬਲਕਿ ਕਹਿੰਦਾ ਮੈਂ ਤੈਨੂੰ ਪਤਾਲ ਦੀਆਂ ਗਹਿਰਾਈਆਂ ਦੇ ਵਿੱਚ ਸੁੱਟਾਂਗਾ ਤਾਂ ਕਿ ਉਹ ਲੋਕ ਤੈਨੂੰ ਵੇਖ ਲੈਣ ਜਿਹੜੇ ਤੇਰੇ ਉੱਤੇ ਭਰੋਸਾ ਰੱਖਦੇ ਆ ਕਿ ਤੂੰ ਹੀ ਸਾਡਾ ਖੁਦਾ ਹੈ। ਸੋ ਕੀ ਕੀਤਾ? ਜਦੀ ਮੈਂ ਭਟਕ ਜਾਏ
ਤੋ ਉਹਨੇ ਮਨ ਫਿਰਾਓਗੇ ਨੇ ਫਿਰ ਨਯਾ ਬਨਾਨਾ ਅਨਹੋਨਾ ਕਿਉਂਕਿ ਮੈਂ ਪਰਮੇਸ਼ਵਰ ਕੇ ਪੁੱਤਰ ਕੋ ਆਪਣੇ ਲੀਏ ਫਿਰ ਕਰੂਸ ਪਰ ਚੜਾਤੇ ਔਰ ਪ੍ਰਗਟ ਮੈਂ ਉਸ ਪਰ ਕਲੰਕ ਲਗਾਤੇ। ਕੀ ਕਰਦੇ ਭਲਾ ਬੋਲੋ ਸਾਰੇ ਕੀ ਕਰਦੇ ਆ ਜੀ? ਇੱਕ ਨਵਾਂ ਜਨਮ ਪਾਇਆ ਹੋਇਆ ਬੰਦਾ ਇਹ ਸਮਝ ਲਵੇ, ਮੈਂ ਬੜੀ ਵਾਰੀ ਇਸ ਚੀਜ਼ ਉੱਤੇ ਬੋਲਦਾ, ਹਮੇਸ਼ਾ ਬੋਲਦਾ ਕਿਉਂਕਿ ਮੈਂ ਇਹਨਾਂ ਤਜਰਬਿਆਂ ਦੇ ਵਿੱਚੋਂ ਨਿਕਲ ਕੇ ਆਇਆ ਹੋਇਆ, ਮੈਨੂੰ ਪਤਾ ਹੈ ਇਹ ਚੀਜ਼ਾਂ ਇਨਸਾਨ ਦੇ ਲਈ ਛੱਡਣੀਆਂ ਬੜੀਆਂ ਔਖੀਆਂ ਹੁੰਦੀਆਂ, ਇਹਨੂੰ ਛੱਡਣ ਦੇ ਲਈ ਬੜਾ ਵੱਡਾ ਜਿਗਰਾ ਚਾਹੀਦਾ ਹੁੰਦਾ, ਲੇਕਿਨ ਇੱਕ ਗੱਲ ਪੱਕੀ ਹੈ ਛੱਡੀਆਂ ਜਾ ਸਕਦੀਆਂ। ਹਾਲੇ ਲੋਈ ਕੀ ਹੈ ਭਲਾ? ਛੱਡੀਆਂ ਜਾ ਸਕਦੀਆਂ ਆ, ਇਹ ਕੋਈ ਵੱਡਾ ਕੰਮ ਨਹੀਂ ਹੈ। ਸੋ ਯਾਦ ਰੱਖੀਏ ਕੀ ਲਿਖਿਆ ਇੱਥੇ, ਬੜੀ ਜ਼ਬਰਦਸਤ ਗੱਲ ਲਿਖੀ ਹੈ, ਔਰ ਪਵਿੱਤਰ ਆਤਮਾ ਕੇ ਭਾਗੀ ਹੋ ਗਏ। ਕਹਿੰਦੇ ਪਵਿੱਤਰ ਆਤਮਾ ਦੇ ਭਾਗੀ ਹੋਏ ਹਾਂ ਅਸੀਂ, ਪਵਿੱਤਰ ਆਤਮਾ ਨੇ ਇਸ ਸਰੀਰ ਨੂੰ ਆਪਣਾ ਮੰਦਰ ਬਣਾਇਆ ਹੈ। ਤੇ ਪਰਮੇਸ਼ਵਰ ਦਾ ਮੰਦਰ ਕੀ ਲਿਖਿਆ ਭਲਾ? ਪਵਿੱਤਰ ਹੈ। ਕੀ ਆ? ਤੁਸੀਂ ਪਰਮੇਸ਼ਵਰ ਦਾ ਮੰਦਰ ਹੋ, ਤੇ ਇਹ ਮੰਦਰ ਕੀ ਹੈ ਭਲਾ? ਪਵਿੱਤਰ ਆ। ਤੇ ਕਹਿੰਦਾ ਇਸ ਮੰਦਰ ਨੂੰ ਜਿਹੜਾ ਅਪਵਿੱਤਰ ਕਰੇਗਾ ਉਹਦੇ ਉੱਤੇ ਫਿਰ ਮੈਂ ਸਜ਼ਾ। ਤੇ ਹੁਣ ਯਾਦ ਰੱਖੋ ਅਸੀਂ ਬਣੇ ਹਾਂ ਪਵਿੱਤਰ ਆਤਮਾ ਦੇ ਭਾਗੀ। ਕਿਹਦੇ? ਤੇ ਯਾਦ ਰੱਖਿਆ ਕਰੋ ਜਦੋਂ ਸ਼ਰਾਬ ਦੀ ਬੋਤਲ ਦਾ ਡੱਟ ਖੁੱਲਦਾ ਨਾ ਉਦੋਂ ਤੁਹਾਡੇ ਨਾਲ ਪਵਿੱਤਰ ਆਤਮਾ ਬੈਠਾ। ਕੌਣ ਬੋਲੋ ਸਾਰੇ? ਕੌਣ ਜੀ? ਉਦੋਂ ਪਵਿੱਤਰ ਆਤਮਾ ਬੈਠਾ ਆ ਜਦੋਂ ਤੁਲਕ ਤੁਲਕ ਤੁਰਦੇ ਗਾਉਂਦੇ ਨਾ ਤਾਰਾ ਰਾ, ਹਾਂਜੀ ਉਦੋਂ ਫਿਰ ਯਾਦ ਰੱਖੀ ਉਹ ਕੌਣ ਹੈ ਭਲਾ ਅੰਦਰ? ਬੋਲੋ ਸਾਰੇ ਕੌਣ ਹੈ ਭਲਾ? ਉਹ ਫਿਰ ਐਸਾ ਤੁਣਕਾ ਲਾਉਣਾ ਉਹਨੇ ਵੀ ਫਿਰ ਤੁਣਕ ਤੁਣਕ ਤੇਰੇ ਮੂੰਹ ਚੋਂ ਨਿਕਲਣੀ ਨੀ ਬਾਅਦ ਵਿੱਚ ਕਦੇ। ਤੂੰ ਚਾਹੁੰਦਾ ਹੈਗਾ ਵੀ ਦੁਬਾਰਾ ਤੁਣਕ ਹੋ ਜਾਵੇ, ਪਰ ਹੋਣੀ ਹੋਣੀ ਨਹੀਂ ਕਿਉਂਕਿ ਤੇਰਾ ਤਾਰਾ ਰਾਲਾ ਉਹਨੇ ਐਸਾ ਖਤਮ ਕਰਨਾ ਆ, ਬਾਅਦ ਵਿੱਚ ਤੂੰ ਕਹਿਣਾ ਵੀ ਮੇਰੇ ਮੂੰਹ ਤਾਰੀਫ ਹੀ ਨਿਕਲ ਆਵੇ, ਪਰ ਉਹ ਵੀ ਨਿਕਲ ਜੋਗਾ ਨੇ ਛੱਡਣਾ ਛੱਡਣਾ ਨਹੀਂ। ਕਿਉਂ ਭਲਾ? ਕਿਉਂਕਿ ਤੈਨੂੰ ਉਹਨੇ ਪਾਕ ਸਾਫ ਕਰਕੇ ਤੈਨੂੰ ਚਿੱਕੜ ਦੇ ਵਿੱਚੋਂ ਕੱਢ ਕੇ ਜਿਵੇਂ ਇੱਕ ਗੰਦੀ ਸੂਰਨੀ ਨੂੰ ਕੱਢੀਦਾ, ਤੈਨੂੰ ਉੱਥੋਂ ਕੱਢ ਕੇ ਉਹਨੇ ਨਵਾ ਧਵਾ ਕੇ ਨਵਾਇਆ ਵੀ ਆਪਣੇ ਖੂਨ ਦੇ ਨਾਲ, ਆਪਣੇ ਪਵਿੱਤਰ ਲਹੂ ਦੇ ਨਾਲ ਨਲਵਾ ਕੇ ਤੇ ਤੈਨੂੰ ਸ਼ੁੱਧ ਕੀਤਾ, ਤੈਨੂੰ ਸ਼ੁੱਧ ਕਰਕੇ ਆਪਣਾ ਮੰਦਰ ਕਰਾਰ ਦਿੱਤਾ, ਤੇ ਇਸ ਮੰਦਰ ਦੇ ਵਿੱਚ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਸਰਵ ਸ਼ਕਤੀਮਾਨ ਆਪ ਆ ਕੇ ਬੈਠਾ। ਪਰ ਤਾਂ ਵੀ ਤੇਰੇ ਅੰਦਰ ਭੈ ਆਇਆ ਨਹੀਂ। ਤੇ ਉਹਦੇ ਬਾਰੇ ਬਚਨ ਕੀ ਸਾਵਧਾਨ ਕਰਦਾ? ਕਿਉਂਕਿ ਜੋ ਭੂਮੀ ਵਰਸ਼ਾ ਕੇ ਪਾਣੀ ਕੋ ਜੋ ਉਸ ਪਰ ਬਾਰ ਬਾਰ ਪੜਤਾ ਹੈ ਪੀ ਪੀ ਕਰ, ਜਿਨ ਲੋਗੋਂ ਕੇ ਲੀ ਵਹਿ ਜੋਤੀ ਬੋਈ ਜਾਤੀ ਹੈ, ਉਨਕੇ ਕਾਮ ਕਾ ਸਾਗ ਪੱਤ ਉਪਜਾਤੀ ਹੈ, ਵਹਿ ਪਰਮੇਸ਼ਵਰ ਸੇ ਆਸ਼ਿਸ਼ ਪਾਤੀ ਹੈ। ਪਰਮੇਸ਼ਵਰ ਨੇ ਇਸ ਪਵਿੱਤਰ ਆਤਮਾ ਦੀ ਬਾਰਿਸ਼ ਇਸ ਜ਼ਮੀਨ ਦੇ ਉੱਤੇ ਇਸ ਲਈ ਕਰਦਾ ਹੈ ਕਿ ਅਸੀਂ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਕੇ ਪਵਿੱਤਰ ਆਤਮਾ ਦੇ ਉਹਨਾਂ ਫਲਾਂ ਨੂੰ ਲੈ ਕੇ ਜਗਤ ਦੇ ਸਾਹਮਣੇ ਜਾਈਏ, ਤਾਂ ਕਿ ਉਹਨਾਂ ਫਲਾਂ ਦਾ ਲੋਕ ਵੀ ਆਨੰਦ ਲੈ ਸਕਣ ਤੇ ਉਹਨਾਂ ਫਲਾਂ ਦੇ ਵਿੱਚ ਉਹ ਵੀ ਸਾਂਝੀ
ਹੋ ਸਕਣ। ਇਸ ਲਈ ਉਹ ਪਾਕ ਨੂੰ ਦੀ ਬਾਰਿਸ਼ ਸਾਡੇ ਉੱਤੇ ਹੁੰਦੀ ਆ ਤਾਂ ਕਿ ਅਸੀਂ ਫਲ ਲਿਆਈਏ, ਬਹੁਤਾਇਤ ਦਾ ਲਿਆਈਏ ਔਰ ਉਹ ਫਲ ਕਾਇਮ ਰਹੇ। ਹਾਲੇਲੂਇਆ। ਔਰ ਅਗਲੀ ਆਇਤ ਹੋਰ ਖੂਬਸੂਰਤ ਆ, ਪਰ ਯਦੀ ਵਹਿ ਝਾੜੀ ਔਰ ਉਂਡਕਾਰੇ ਉਗਾਤੀ ਹੈ ਤੋ ਨਿਕੰਮੀ ਔਰ ਸਰਾਪਤ ਹੋਣੇ ਪਰ ਹੈ ਔਰ ਉਸਕਾ ਅੰਤ ਜਲਾਇਆ ਜਾਣਾ ਹੈ। ਅੰਤ ਕੀ ਹੈ ਫਿਰ ਉਹਦਾ? ਬੋਲੋ ਸਾਰੇ ਜਣੇ। ਸੋ ਪਰਮੇਸ਼ਵਰ ਨੇ ਇਸ ਲਈ ਨਵਾਂ ਜਨਮ ਦਵਾਇਆ ਕਿ ਅਸੀਂ ਕੀ ਕਰੀਏ ਭਲਾ? ਅਸੀਂ ਉਹ ਫਲ ਲਿਆਈਏ ਜਿਸ ਫਲ ਦੀ ਉਮੀਦ ਉਹ ਰੱਖਦਾ ਆ ਜਿਹਨੇ ਪਵਿੱਤਰ ਆਤਮਾ ਦੀ ਬਾਰਿਸ਼ ਨੂੰ ਸਾਡੇ ਉੱਤੇ ਉਂਡੇ ਲਿਆ ਆ। ਔਰ ਨੌ ਆਇਤ ਵਿੱਚ ਲਿਖਿਆ, ਹੇ ਪ੍ਰੀਓ ਯਦ ਵੀ ਹਮ ਇਹ ਬਾਤੇ ਕਹਤੇ ਹੈ ਤੋ ਵੀ ਤੁਹਾਰੇ ਵਿਸ਼ੇ ਮੇ ਹਮਸੇ ਅੱਛੀ ਉਧਾਰ ਵਾਲੀ ਬਾਤੋਂ ਕਾ ਭਰੋਸਾ ਰੱਖਦੇ ਹੈ। ਕਹਿੰਦਾ ਜੋ ਕੁਛ ਤੁਹਾਨੂੰ ਸਿਖਾਉਂਦੇ ਨਾ ਇੰਨਾ ਹੀ ਨਹੀਂ ਬਲਕਿ ਇਸ ਤੋਂ ਵੀ ਕਿਤੇ ਜ਼ਿਆਦਾ ਅੱਗੇ ਸਾਨੂੰ ਤੁਹਾਡੇ ਉੱਤੇ ਕੀ ਹੈ ਭਲਾ? ਉਮੀਦ ਆ। ਤਾਂ ਕਿ ਜਿਹੜੀ ਮਿਹਨਤ ਅਸੀਂ ਤੁਹਾਡੇ ਵਿੱਚ ਕੀਤੀ ਆ ਉਹ ਕਿਤੇ ਵਿਅਰਥ ਨਾ ਜਾਵੇ। ਹਾਲੇਲੂਇਆ। ਉਹ ਮਿਹਨਤ ਕਿਤੇ ਵਿਅਰਥ? ਇੱਕ ਸੇਵਕ ਦੀ ਪੀੜਾ ਤੇ ਇੱਕ ਸੇਵਕ ਦਾ ਜਿਹੜਾ ਜ਼ਿੰਮੇਵਾਰੀ ਉਹ ਇਹ ਆ ਕਿ ਉਹਦਾ ਪਰਿਵਾਰ ਆ ਕੀ ਹੈ ਭਲਾ? ਕਲੀਸਿਆ ਕੀ ਆ? ਸੇਵਕ ਦਾ। ਇਹ ਦੁਲਹਨ ਯਸੂ ਮਸੀਹ ਦੀ ਹੈ, ਇਹ ਸੇਵਕ ਦੁਲਾ ਨਹੀਂ, ਪਰ ਇਹ ਇਸ ਪਰਿਵਾਰ ਦਾ ਹਿੱਸਾ ਹੋਣ ਦਾ ਕਰਕੇ ਇਹਦੇ ਲਈ ਕੀ ਹੈ ਭਲਾ? ਇਹ ਇੱਕ ਪਰਿਵਾਰ ਆ। ਔਰ ਇਸ ਪਰਿਵਾਰ ਦੀ ਦੇਖਭਾਲ ਕਰਨਾ, ਇਸ ਪਰਿਵਾਰ ਨੂੰ ਚੰਗੀ ਸਿਹਤ ਦੇ ਉੱਤੇ ਲੈ ਕੇ ਜਾਣਾ, ਇਸ ਪਰਿਵਾਰ ਦੀ ਰਖਵਾਲੀ ਕਰਨਾ, ਇਹ ਇੱਕ ਸੇਵਕ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ। ਹਾਲੇਲੂਇਆ। ਤੇ ਕਹਿੰਦਾ ਜਿਹੜਾ ਘਰ ਦਾ ਫਿਰ ਮਾਲਿਕ ਹੁੰਦਾ ਨਾ, ਸੇਂਦ ਵੀ ਲਾਉਣ ਦਿੰਦਾ, ਉਹ ਸੌਂਦਾ ਵੀ। ਕਿਉਂ? ਕਿਉਂਕਿ ਜਿਹਨੇ ਇਹਨੂੰ ਰਾਖਾ ਠਹਿਰਾਇਆ ਉਸ ਰਾਖੇ ਨੇ ਵੀ ਕਹਿ ਦਿੱਤਾ ਤੇਰਾ ਰਾਖਾ ਨਾ ਕਦੇ ਉਂਗਲਾਵੇ ਤੇ ਤੇਰੇ ਰੱਬ ਨੂੰ ਨੀਂਦਰ ਵੀ ਨਾ। ਤੇ ਫਿਰ ਜ਼ਿੰਮੇਵਾਰੀ ਕਿਹੜੀ ਭਲਾ ਵੱਡੀ ਆ? ਇੱਕ ਆਖਰੀ ਆਇਤ ਪੜ੍ਹਦੇ ਫਿਰ ਦੁਆ ਕਰਦੇ ਹਾਂ। ਫਿਰ ਵੀ ਉਹਦਾ ਖਤ 2 ਅਧਿਆਏ ਉਹਦੀ 15 ਆਇਤ, ਤਾਂ ਕਿ ਤੁਮ ਨਿਰਦੋਸ਼ ਔਰ ਬੋਲੇ ਹੋਕਰ ਟੇਢੇ ਔਰ ਹਠੀਲੇ ਲੋਕੋਂ ਕੇ ਬੀਚ ਪਰਮੇਸ਼ਵਰ ਕੀ ਨਿਸ਼ਕਲੰਕ ਸੰਤਾਨ ਬਣੇ ਰਹੋ। ਇੱਕ ਸੇਵਕ ਹਮੇਸ਼ਾ ਕੀ ਚਾਹੁੰਦਾ ਆ? ਜਿਹਨਾਂ ਦੇ ਵਿੱਚ ਉਹ ਸੇਵਾ ਕਰਦਾ ਆ ਉਹਨਾਂ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਆ? ਵਚਨ 'ਚ ਸਾਫ਼ ਕਰਕੇ ਸੰਤ ਫਿਰੋਜ਼ ਲਿਖਦਾ ਆ ਜਿਹਨਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਉਹ ਕਿੱਦਾਂ ਦੇ ਆ? ਪਹਿਲਾਂ ਉਹਨਾਂ ਦਾ ਧਿਆਨ ਕਰੋ, ਕਿੱਦਾਂ ਦੇ ਆ ਜੀ? ਟੇਢੇ ਮੇਢੇ ਤੇ ਹਠੀਲੇ। ਕਿਹੋ ਜੇ? ਟੇਢੇ ਮੇਢੇ ਤੇ ਹਠੀਲੇ। ਇਹਨਾਂ ਟੇਢੇ ਮੇਢੇ ਤੇ ਹਠੀਲੀਆਂ ਦੇ ਵਿੱਚ ਰਹਿ ਕੇ ਤੁਸੀਂ ਟੇਢੇ ਮੇਢੇ ਤੇ ਹਠੀਲੇ ਨਹੀਂ ਬਣਨਾ, ਬਲਕਿ ਇਹਨਾਂ ਟੇਢੇ ਮੇਢਿਆਂ ਦੇ ਵਿੱਚ ਹੀ ਤੇ ਤੁਸੀਂ ਆਪਣੇ ਆਪ ਨੂੰ ਸਿੱਧ ਕਰਨਾ ਕਿ ਤੁਸੀਂ ਜਿਹੜੇ ਮਸੀਹ ਯਸੂ ਨੂੰ ਮੰਨਦੇ ਹੋ ਦੂਸਰਿਆਂ ਤੋਂ ਅਲੱਗ। ਸਾਡੇ ਕੰਮ ਦੱਸਣ ਕਿ ਅਸੀਂ ਕੀ ਹਾਂ ਭਲਾ? ਦੂਸਰਿਆਂ ਤੋਂ। ਸਾਡੇ ਕੰਮ ਦੱਸਣਗੇ ਅਸੀਂ ਇੱਕ ਚੁਣਿਆ ਹੋਇਆ ਸਮਾਜ ਹਾਂ, ਸਾਡੇ ਕੰਮ ਦੱਸਣਗੇ ਅਸੀਂ ਸ਼ਾਹੀ ਮੰਡਲੀ ਹਾਂ, ਸਾਡੇ ਕੰਮ ਦੱਸਣਗੇ ਅਸੀਂ ਪਰਮੇਸ਼ਵਰ ਦੀ ਖਾਸ ਪ੍ਰਜਾ ਹਾਂ, ਸਾਡੇ ਕੰਮ ਦੱਸਣਗੇ ਅਸੀਂ ਜਾਜਕਾਂ ਦਾ ਸਮਾਜ ਹਾਂ। ਸਾਡੇ ਕੰਮ ਦੱਸਣਗੇ, ਸਾਡਾ ਗਿਆਨ ਨਹੀਂ
ਸਾਡੀ ਪ੍ਰਾਰਥਨਾ ਨਹੀਂ, ਸਾਡਾ ਗਾਉਣਾ ਵਜਾਉਣਾ ਨਹੀਂ, ਸਾਡਾ ਲੋਕਾਂ ਦੇ ਵਿੱਚ ਡਰਾਮਾਬਾਜ਼ੀ ਕਰਨਾ ਨਹੀਂ, ਬਲਕਿ ਕੀ ਭਲਾ ਉਹ ਕੰਮ ਜਿਹੜੇ ਮਸੀਹ ਨੇ ਕਰਕੇ ਵਿਖਾਏ, ਉਹ ਗੁਣ ਜਿਹੜੇ ਮਸੀਹ ਦੇ ਵਿੱਚ ਸੀਗੇ। ਪਵਿੱਤਰ ਆਤਮਾ ਜਦੋਂ ਸਾਡੇ ਅੰਦਰ ਆਇਆ, ਮਸੀਹ ਦੇ ਸਾਰੇ ਗੁਣਾਂ ਨੂੰ ਉਹ ਨਾਲ ਲੈ ਕੇ ਆਇਆ, ਤੇ ਜਿਹਦੇ ਵਿੱਚ ਮਸੀਹ ਦੇ ਗੁਣ ਆ ਉਹ ਫਿਰ ਮਸੀਹ ਦਾ। ਹਾਲੇ ਲੋਹੀਆ, ਇਸ ਕਰਕੇ ਕਹਿੰਦਾ ਇਹਨਾਂ ਵਿੱਚ ਨਿਸ਼ਕਲੰਕ ਕਲੰਕ ਸੰਤਾਨ ਬਣੇ ਰਹੋ, ਜਿਨਕੇ ਬੀਜ ਮੈਂ ਤੁਮ ਜੀਵਨ ਕਾ ਵਚਨ ਲੀਏ ਹੋਏ, ਜਗਤ ਮੇ ਜਲਤੇ ਦੀਪੋ ਕੀ ਨਾਈ ਦਿਖਾਈ ਦੇਤੀ। ਇਹਨਾਂ ਟੇਢੇ ਮੇਢੇ ਲੋਕਾਂ ਦੇ ਕਿੱਦਾਂ ਦੇ ਦਿਖਾਈ ਦੇਣਾ ਭਲਾ, ਬੋਲੋ ਕਿਹੜੇ ਜੀ, ਕਿਹੜੇ ਦੀਪ ਜੀ, ਬੋਲੋ ਸਾਰੇ ਨੇ ਕਿੱਦਾਂ ਦੇ। ਤੇ ਫਿਰ ਲਿਖਿਆ ਨਾ, ਤੁਹਾਡੇ ਲੱਕ ਬੰਨੇ ਤੇ ਦੀਵੇ, ਬੋਲੋ ਸਾਰੇ ਕੀ ਹੋਣਾ ਭਲਾ ਚਾਹੀਦਾ, ਤੁਹਾਡੇ ਲੱਕ ਬੰਨੇ, ਯਾਨੀ ਕਿ ਹਮੇਸ਼ਾ ਤੁਸੀਂ ਤਿਆਰ ਪਰ ਤਿਆਰ ਰਹਿਣਾ, ਤੁਹਾਡੇ ਲੱਕ ਬੰਨੇ ਤੇ ਦੀਵੇ ਬਲਦੇ ਰਹਿਣ, ਇਹ ਬਲਦੇ ਰਹਿਣਗੇ ਤੇ ਤੁਸੀਂ ਕਿਸੇ ਨੂੰ ਰੋਸ਼ਨੀ ਦੇ ਸਕਦੇ ਹੋ। ਹਲੇ ਲੋਈ ਹੈ, ਅੱਜ ਕੱਲ੍ਹ ਤੇ ਸਾਈਆਂ ਦੇ ਚਿਹਰੇ ਤੇ 12 ਵਜੇ ਹੁੰਦੇ ਆ, ਉਹ ਕਹਿੰਦੇ ਜੇ ਸਾਈ ਵੀ ਏਦਾਂ ਦੇ ਹੁੰਦੇ ਆ ਤੇ ਫਿਰ ਅਸੀਂ ਸ਼ਦਾਈ ਠੀਕ ਆ। ਹਾਂਜੀ, ਵੀ ਕਦੇ ਕਦੇ ਹੱਸ ਵੀ ਤੇ ਲਿਆ ਕਰੋ, ਕਿਹੜਾ ਤੁਹਾਡਾ ਕੋਈ ਕੋਈ ਚੁੱਕ ਕੇ ਲੈ ਗਿਆ ਹੈ, ਕਿਹੜਾ ਤੁਹਾਡਾ ਕਿਸੇ ਨੇ ਕੋਈ ਬਿਜਨਸ ਖੋਲ ਲਿਆ ਆ। ਮੁਸਕਰਾਓ, ਹੱਸੋ, ਕਿਉਂਕਿ ਯਸੂ ਮਸੀਹ ਦਾ ਵਚਨ ਦੱਸਦਾ ਆ ਪ੍ਰਭੂ ਵਿੱਚ ਸਦਾ, ਬੋਲੋ ਸਾਹਿਬ ਕਿੱਦਾਂ ਦੇ ਰਹੋ ਜੀ, ਪ੍ਰਭੂ ਵਿੱਚ ਸਦਾ। ਫਿਰ ਕਹਿੰਦਾ ਮੈਂ ਕਹਿੰਦਾ ਕਿੱਦਾਂ ਦੇ ਰਹੋ ਭਲਾ, ਕਿੱਦਾਂ ਦੇ ਜੀ, ਹਾਂਜੀ ਆਨੰਦ ਮਨਾਓ, ਹਾਂਜੀ ਕਿੱਦਾਂ ਮਨਾਓ ਜੀ ਭਲਾ, ਹੋਰ ਕੁਛ ਵੀ ਨਹੀਂ ਨਾ ਕਰ ਸਕਦੇ, ਤੇ ਘੱਟੋ ਘੱਟ ਮਚਲੇ ਲੋਕਾਂ ਵਾਂਗੂ ਆਨੰਦ ਤੇ ਰਿਹਾ ਕਰੋ, ਜੇ ਸੱਚੀ ਮੁੱਚੀ ਨਹੀਂ ਰਹਿ ਜਾਂਦਾ ਤੇ, ਹਨਾ, ਘੱਟੋ ਘੱਟ ਤੁਹਾਡੇ ਚਿਹਰੇ ਦੀਆਂ ਖੁਸ਼ੀਆਂ ਨੂੰ ਦੇਖ ਕੇ ਕੋਈ ਖੁਸ਼, ਸੜੇ ਵਾਲੇ ਬੰਦੇ ਵੱਲ ਵੇਖ ਕੇ ਤੁਸੀਂ ਕਦੀ ਕੋਈ ਖੁਸ਼ੀ ਦੀ ਗੱਲ ਕਰ ਸਕਦੇ ਹੋ। ਬੰਦਾ ਤੇ ਕਿਸੇ ਕੋਲ ਇਸ ਨਹੀਂ ਜਾਂਦਾ ਵੀ ਚਲੋ ਮੈਂ ਆਪਣੇ ਗਮ ਨੂੰ ਦੂਰ ਕਰਨ ਦੇ ਲਈ ਕਿਤੇ ਅਗਲੇ ਕੋਲ ਮੈਨੂੰ ਚੰਗੀ ਕੰਪਨੀ ਮਿਲ ਜਾਵੇ, ਤੇ ਹੁਣ ਜੇ ਮਸੀਹੀ ਬੰਦਾ ਵੀ ਉਦਾਂ ਦਾ ਮੂੰਹ ਲਟਕਾਇਆ ਲੈ ਕੇ ਜਾਵੇ ਤੇ, ਹਾਂਜੀ ਫਿਰ ਤੇ ਬੜਾ ਮੁਸ਼ਕਿਲ। ਤੇ ਕੀ ਲਿਖਿਆ ਤੁਸੀਂ, ਇਹਨਾਂ ਟੇਢੇ ਮੇਢੇ ਹਟੀਲੇ ਲੋਕਾਂ ਦੇ ਵਿੱਚ ਨੰਬਰ 1 ਨਿਸ਼ਕਲੰਕ ਰਹੋ, ਕਿੱਦਾਂ ਦੇ, ਨੰਬਰ 2 ਜਲਦੇ ਹੋਏ ਚਿਰਾਗਾਂ ਵਾਂਗੂ ਹਮੇਸ਼ਾ ਤੁਸੀਂ ਖਿਰੇ ਹੋਏ ਰਹਿਣੇ ਚਾਹੀਦੇ, ਹਮੇਸ਼ਾ ਤੁਸੀਂ ਜਗਦੇ ਰਹਿਣੇ ਚਾਹੀਦੇ ਆ, ਹਮੇਸ਼ਾ ਤੁਹਾਡੀ ਰੋਸ਼ਨੀ ਫੈਲਦੀ ਰਹਿਣੀ ਚਾਹੀਦੀ ਆ, ਤਾਂ ਕਿ ਉਹਦੀ ਮਹਿਮਾ ਹੋਵੇ, ਕਿ ਮਸੀਹ ਕੇ ਦਿਨ ਮੁਝੇ ਗਮੰਡ ਕਰਨੇ ਕਾ ਕਾਰਨ ਹੋ, ਕਿ ਮੇਰਾ ਦੌੜਨਾ ਔਰ ਮੇਰਾ ਮਿਹਨਤ ਕਰਨਾ ਵਿਅਰਥ ਨਹੀਂ ਹੋਵੇ। ਕਿਉਂ ਖੁਦਾ ਦਾ ਦਾਸ ਚਾਹੁੰਦਾ ਤੁਸੀਂ ਇੱਦਾਂ ਦੇ ਹੋਵੋ ਭਲਾ, ਤਾਂ ਕਿ ਜਿੱਦਣ ਉਹ ਨਿਆਂ ਕਰੇ, ਮਸੀਹ ਦੇ ਦਿਨ ਜਿਹੜੀ ਮਿਹਨਤ ਜਿਹੜੀ ਮੁਸ਼ਕਤ ਮੈਂ ਤੁਹਾਡੇ ਵਿੱਚ ਕੀਤੀ ਹੈ, ਜਦੋਂ ਮੈਂ ਮਸੀਹ ਦੇ ਅੱਗੇ ਤੁਹਾਨੂੰ ਨਿਸ਼ਕਲੰਕ ਖੜਿਆਂ ਨੂੰ ਵੇਖਾਂ, ਤੇ ਮੈਨੂੰ ਆਪਣੀ ਉਸ ਦੌੜ ਉਸ ਮਿਹਨਤ ਦੇ ਉੱਤੇ ਮਾਣ ਹੋਵੇ ਕਿ ਮੇਰਾ ਦੌੜਨਾ ਵਿਅਰਥ ਨਹੀਂ ਹੈ। ਹਲੇਲੂਇਆ। ਇੱਕ ਸੇਵਕ ਦੇ ਲਈ ਜਿਹੜੀ ਉਹਦੀ ਸਭ ਤੋਂ ਵੱਡੀ ਉਪਲਬਧੀ, ਇੱਕ ਸੇਵਕ ਦੇ ਲਈ ਉਹਦਾ ਸਭ ਤੋਂ ਵੱਡਾ ਇਨਾਮ, ਇੱਥੇ ਨਹੀਂ ਕੁਛ ਵੀ ਮਿਲਣਾ, ਇੱਥੇ ਇਹਨੂੰ ਧੱਕੇ ਹੀ ਮਿਲਣੇ।
ਇਸ ਧਰਤੀ ਦੇ ਉੱਤੇ ਜਿਹੜਾ ਉਹਦਾ ਠਹਿਰਾਇਆ ਹੋਇਆ ਸੇਵਕ ਆ, ਉਹ ਚੈਨ ਦੇ ਨਾਲ ਰਹਿ ਸਕਦਾ? ਕਿਉਂਕਿ ਇਸ ਵਚਨ ਦੇ ਵਿੱਚ ਲਿਖ ਕੇ ਦਿੱਤਾ, ਕਹਿੰਦਾ ਜ਼ਮੀਨ ਸਮਾਨ ਟਲ ਜਾਣਗੇ ਪਰ ਉਹਦੇ ਵਚਨ ਟਲਣਗੇ, ਉਹਦੇ ਵਚਨ ਟਲਣਗੇ ਨਹੀਂ। ਕਹਿੰਦਾ ਬੜੇ ਦੁੱਖ ਸਹਿ ਸਹਿ ਕੇ ਉਹਨੇ ਉਹਦੀ ਬਾਦਸ਼ਾਹਤ ਦੇ ਵਿੱਚ ਜਾਣਾ ਹੈ, ਉਹਦੇ ਅੱਗੇ ਕੰਡਿਆਂ ਦੀ ਸੇਜ ਹੈ ਜਿਹਦੇ ਉੱਤੇ ਉਹਨੇ ਚੱਲਣਾ ਹੈ, ਹਰ ਪਾਸਿਓਂ ਉਹਨੂੰ ਦੁੱਖ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਹੈ। ਇਹ ਇੱਕ ਖੁਦਾ ਦੇ ਅਭਿਸ਼ਿਕਤ ਦੀ, ਉਹਦੇ ਠਹਿਰਾਏ ਹੋਏ ਬੰਦੇ ਦੀ ਇਹ ਨਿਸ਼ਾਨੀ ਹੈ, ਅਤੇ ਜੇ ਇਹ ਨਿਸ਼ਾਨੀ ਨਜ਼ਰ ਨਾ ਆਵੇ ਤਾਂ ਸਮਝ ਲਈਓ ਫਿਰ ਇਹ ਖੁਦਾ ਦਾ ਠਹਿਰਾਇਆ ਹੋਇਆ ਵੀ ਐਵੇਂ ਕਿਤੇ ਭੁਲੇਖੇ ਦੇ ਵਿੱਚ ਨਾ ਰਹਿ ਜਿਓ, ਫਿਰ ਉਹ ਖੁਦਾ ਦਾ ਠਹਿਰਾਇਆ ਹੋਇਆ ਨਹੀਂ। ਕਿਉਂ? ਕਿਉਂਕਿ ਉਹਨੇ ਕਹਿੰਦਾ ਨਾ ਤਾਂ ਤੁਸੀਂ ਇਸ ਜਗਤ ਦੇ ਵਿੱਚ ਕੁਛ ਲੈ ਕੇ ਆਏ। ਹਾਲੇ ਲੋਈ ਲਿਆਂਦਾ ਸੀ, ਹੋਰ ਲਿਆਂਦਾ ਸੀ ਕੁਛ ਜੀ? ਨਾ ਇਸ ਜਗਤ ਦੇ ਵਿੱਚ ਕੁਛ ਲੈ ਕੇ ਆਏ ਤੇ ਨਾ ਜਗਤ ਦੇ ਵਿੱਚੋਂ ਕੁਛ। ਤੇਰਾ ਆਪਣਾ ਇਸ ਜਗਤ ਦੇ ਵਿੱਚ ਕੋਈ ਨਹੀਂ, ਜਦੋਂ ਤੂੰ ਪੈਦਾ ਹੋਇਆ ਤੇ ਜਨਮ ਵੀ ਕਿਸੇ ਹੋਰ ਕੋਲੋਂ ਲਿਆ ਸੀ, ਤੇ ਜਦੋਂ ਤੂੰ ਇਸ ਜਹਾਨ ਦੇ ਵਿੱਚ ਆਇਆ ਤੈਨੂੰ ਨਲਾਇਆ ਵੀ ਕਿਸੇ ਹੋਰ ਨੇ ਸੀ, ਤੇ ਜਦੋਂ ਤੂੰ ਗਿਆ ਤੇਰਾ ਪਹਿਲਾ ਨਹਾਉਣਾ ਵੀ ਤੇ ਤੇਰਾ ਆਖਰੀ ਨਹਾਉਣਾ ਵੀ, ਇਹ ਵੀ ਤੈਨੂੰ ਦੂਜਿਆਂ ਨੇ ਤੇਰਾ ਸਾਰਾ ਸਿਸਟਮ ਕੀਤਾ, ਐਵੇਂ ਕਿਤੇ ਘਮੰਡ ਕਰੀ? ਜੇ ਤੂੰ ਕਰੇ ਵੀ ਤੇਰੇ ਕੋਲ ਸਿੱਖਿਆ ਬੜੀ ਆ, ਇਹ ਸਿੱਖਿਆ ਵੀ ਤੂੰ ਆਪ ਨੇ, ਇਹ ਵੀ ਤੂੰ ਦੂਜਿਆਂ ਤੋਂ ਪ੍ਰਾਪਤ ਕੀਤੀ ਆ। ਤੂੰ ਇਸ ਸੰਸਾਰ ਦੇ ਵਿੱਚ ਕੁਛ ਨਹੀਂ, ਜੇ ਤੇ ਤੂੰ ਦਾਵਾ ਕਰੇ ਵੀ ਇਹ ਤੂੰ ਆਪਣੀ ਅਕਲ, ਆਪਣੀ ਬੁੱਧ, ਆਪਣੀ ਸਮਝ, ਆਪਣੀ ਤਾਕਤ, ਆਪਣੇ ਗਿਆਨ, ਆਪਣੀ ਪੜ੍ਹਾਈ ਲਿਖਾਈ ਦੇ ਨਾਲ ਤੂੰ ਹਾਸਲ ਕੀਤਾ, ਨਾ, ਇਹ ਸਭ ਕੁਛ ਤੂੰ ਦੂਸਰਿਆਂ ਦੇ ਕੋਲੋਂ ਪ੍ਰਾਪਤ ਕੀਤਾ। ਇਹ ਦੂਸਰਿਆਂ ਤੋਂ ਉਹਨੇ ਇਸੇ ਲਈ ਪ੍ਰਾਪਤ ਹੋਣ ਦਿੱਤਾ ਤਾਂ ਕਿ ਤੇਰੇ ਅੰਦਰ ਮੈਂ ਮਹਾਰਾਜ ਆ ਕੇ ਕਿਤੇ ਬੈਠੇ ਬੈਠੇ ਨਾ ਤੈਨੂੰ ਇਹ ਹਮੇਸ਼ਾ ਅਹਿਸਾਸ ਹੋਵੇ ਤੇਰਾ ਇਸ ਜਗਤ ਦੇ ਵਿੱਚ ਕੁਛ ਵੀ ਨਹੀਂ ਆ। ਇਸ ਲਈ ਖੁਦਾ ਦਾ ਦਾਸ ਬੜੇ ਵਧੀਆ ਲਿਖਦਾ, ਨਾ ਕੁਛ ਲਾਏ ਇਸ ਦੁਨੀਆਂ ਮੇ, ਨਾ ਕੁਛ ਲੈ ਜਾ, ਹਾਲੇਲੂਇਆ। ਤੇ ਜੇ ਤੁਸੀਂ ਨਹੀਂ ਜਾਣਾ ਤਾਂ ਮੈਨੂੰ ਪਤਾ ਨਹੀਂ ਤੁਸੀਂ ਪੰਡ ਪੁੰਡ ਬੰਨ ਕੇ ਰੱਖੀ ਹੋਵੇ। ਵੈਸੇ ਜਿੰਨਿਆਂ ਨੂੰ ਮੈਂ ਦੇਖਿਆ ਉਹ ਤੇ ਕੁਛ ਨਹੀਂ ਲੈ ਕੇ ਗਏ। ਹਾਂਜੀ, ਜਿੰਨਿਆਂ ਨੂੰ ਅਜੇ ਤੱਕ ਮੈਂ ਦੇਖਿਆ 53 ਸਾਲ ਦੀ ਉਮਰ ਵਿੱਚ ਮੇਰੇ ਸਾਹਮਣੇ ਤੇ ਕੋਈ ਲਿਜਾ ਸਕਿਆ? ਸ਼ਾਇਦ ਤੁਸੀਂ ਲੈ ਕੇ ਜਾਣਾ ਹੋਵੇ ਤਾਂ ਕੋਈ ਵੱਖਰੀ ਗੱਲ ਆ, ਵੀ ਤੁਸੀਂ ਵੱਖਰੀ ਪਲਾਨਿੰਗ ਕੋਈ ਕੀਤੀ ਹੋਵੇ, ਕੋਈ ਇੱਦਾਂ ਦੀ ਪੈਪ ਸ਼ੈਪ ਲਾ ਲਈ ਹੋਵੇ ਤੁਸੀਂ ਉੱਧਰ ਨੂੰ ਵੀ ਜਿਹਦੇ ਥਰੂ ਤੁਹਾਡਾ ਕੁਛ ਸਮਾਨ ਚਲੇ ਜਾਵੇ। ਵੈਸੇ ਜਾਣਾ ਕੁਛ ਵੀ ਨਹੀਂ ਆ, ਬਸ ਹੋਣਾ ਸਿਰਫ ਇੰਨਾ ਆ। ਕਹਿੰਦੇ ਜਦੋਂ 3 ਦਿਨ ਪੂਰੇ ਹੁੰਦੇ ਨਾ ਬਾਡੀ ਨੂੰ, ਪਈ ਨੂੰ, 24 ਘੰਟਿਆਂ ਬਾਅਦ ਤੇ ਇਹ ਬਦਬੂਦਾਰ ਹੋਣੀ ਸ਼ੁਰੂ ਹੁੰਦੀ ਹੈ। 48 ਘੰਟਿਆਂ ਦੇ ਵਿੱਚ ਇਹਦੇ ਅੰਦਰ ਜਿਹੜੇ ਕੀੜੇ ਆ ਨਾ ਉਹ ਚੁਲਬਲ ਚੁਲਬਲ ਕਰਨਾ ਸ਼ੁਰੂ ਕਰ ਦਿੰਦੇ ਆ। ਜਿਹੜਾ ਜੋ ਕੁਛ ਖਾਂਦੇ ਨਾ ਉਹਨੂੰ ਹਜ਼ਮ ਕਰਨ ਵਾਲੇ ਲੱਭਦੇ ਆ, ਵੀ 48 ਘੰਟੇ ਹੋ ਗਏ ਬਾਹਰੋਂ ਕੁਛ ਅੰਦਰ ਆਇਆ ਨਹੀਂ, ਉਹ ਫਿਰ ਲੱਭਦੇ ਫਿਰ ਇਹਦੀਆਂ ਅੰਦਰੋਂ ਨਸਾਂ ਨੁਸਾਂ ਨੂੰ ਖਾਣਾ ਸ਼ੁਰੂ ਕਰਦੇ ਆ। 72 ਘੰਟੇ ਬਾਅਦ ਉਹ ਸਾਰੇ ਦੇ ਸਾਰੇ ਕੀੜੇ ਜਿਹੜੇ ਅੰਦਰ ਇਹਦੇ ਹੁੰਦੇ ਆ ਉਹਦੇ ਸਰੀਰ ਨੂੰ ਚੀਰ ਕੇ ਤੇ ਫਿਰ ਬਾਹਰ ਆਉਣਾ ਸ਼ੁਰੂ ਕਰ ਦਿੰਦੇ ਆ। ਤੇ ਕਿਤੇ 5 ਕੁ ਦਿਨਾਂ ਬਾਅਦ ਇਹਦੀ ਬਾਡੀ ਕੱਢ ਕੇ ਦੇਖ ਲਈਓ ਤੇ ਸਾਰਾ ਘਮੰਡ ਚੱਕਣਾ ਜ਼ਰੂਰ। ਇੰਨੀ ਕੀ ਹੈ ਇਹਦੀ ਦਾਸਤਾਨ, ਜਿਹੜਾ ਹਮੇਸ਼ਾ ਆਪਣੇ ਆਪ ਨੂੰ ਫੰਨੇ ਖਾਂ ਬਣਾਈ ਪੈਂਦਾ,
ਰਹਿੰਦਾ ਆ। ਇਸ ਲਈ ਕੀ ਕਹਿੰਦਾ, ਭਲਾ ਤੁਹਾਡੇ ਲਈ ਤਾਂ ਇਹ ਚੰਗਾ ਆ ਇਸ ਜਹਾਨ ਦੇ ਵਿੱਚ ਨਿਸ਼ਕਲੰਕ ਬੇਦੋਸ਼ ਪਰਮੇਸ਼ੁਰ ਦੀ ਸੰਤਾਨ ਦੀ ਤਰ੍ਹਾਂ ਨਜ਼ਰ ਆਉਣੇ ਚਾਹੀਦੇ ਆ, ਹਮੇਸ਼ਾ ਚੱਲਦੇ ਹੋਏ ਚਿਰਾਗਾਂ ਦੀ ਤਰ੍ਹਾਂ। ਆਪਣੀ ਅੱਖਾਂ ਬੰਦ ਕਰਦੇ ਹਾਂ, ਸਿਰਾਂ ਝੁਕਾਉਂਦੇ ਹਾਂ, ਥੋੜ੍ਹੀ ਦੇਰ ਉਹਦੀ ਸ਼ੁਕਰਗੁਜ਼ਾਰੀ ਕਰਦੇ ਹਾਂ ਅੱਜ ਦੇ ਸੁਨੇਹੇ ਵਚਨ ਨੂੰ ਲੈ ਕੇ। ਹਾਂਜੀ ਸਭ ਥੋੜ੍ਹੀ ਦੇਰ ਲਿਖ ਲਿਆਵਾਂਗੇ ਆਪਾਂ, ਅਸੀਂ ਸ਼ੁਕਰਗੁਜ਼ਾਰੀ ਕਰਾਂਗੇ। ਭਾਈ ਰਾਜ ਕਪੂਰ ਜੀ ਅੱਗੇ ਆਉਣਗੇ, ਤੁਹਾਡਾ ਸਾਜ ਦੇ ਵਿੱਚ ਸਾਥ ਦੇਣਗੇ। ਜੋ ਕੁਛ ਅਸੀਂ ਸਿੱਖਿਆ ਉਹਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇੱਕ ਭਜਨ ਗਾਵਾਂਗੇ, ਆਪਣਾ ਸੁਭਾਅ ਆਪਣਾ ਵਚਨ ਔਰ ਆਪਣੇ ਰੂਹ ਸਵਾਰਦੇ ਹਾਂ। ਉਹੀ ਆ ਜਿਹੜਾ ਸਾਡੇ ਸੁਭਾਅ ਨੂੰ ਆਪਣੇ ਸੁਭਾਅ ਵਰਗਾ ਬਣਾ ਸਕਦਾ। ਸਾਡੇ ਵਿੱਚ ਕੋਈ ਖੂਬੀ ਕੋਈ ਲਿਆਕਤ ਨਹੀਂ, ਸੋ ਆਓ ਅਸੀਂ ਉਹਦੇ ਅੱਗੇ ਆਪਣੇ ਆਪ ਨੂੰ ਝੁਕਾਈਏ ਜਿਹੜਾ ਸਾਨੂੰ ਕਾਮਲ ਅਤੇ ਸਿੱਧ ਕਰ ਸਕਦਾ ਹੈ। ਆਪਣਾ ਸੁਭਾਅ ਆਪਣਾ ਵਚਨ, ਆਪਣਾ ਸੁਭਾਅ ਆਪਣਾ ਵਚਨ ਔਰ ਆਪਣੇ ਰੂਹ ਸੇ ਭਰ ਦੇ ਕਰ ਕਰ ਦੇ ਕਰ ਦੇ।
ਗੁਜ਼ਾਰ ਤੇਰੇ ਅੱਜ ਦੇ ਅਨਮੋਲ ਵਚਨਾਂ ਦੇ ਲਈ, ਜਿੰਨੀਆਂ ਵੀ ਜ਼ਿੰਦਗੀਆਂ 'ਚ ਬੀਜਿਆ ਗਿਆ 100 ਗੁਣਾ ਫਲ ਲਿਆ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਸੂ ਦੇ ਨਾਮ ਦੇ ਵਿੱਚ। ਆਮੇਨ। ਅਸੀਂ ਉਹਨਾਂ ਸਭ ਲੋਕਾਂ ਨੂੰ ਯਾਦ ਕਰਦੇ ਹੋਏ ਪ੍ਰਾਰਥਨਾ ਕਰਾਂਗੇ ਜਿਹਨਾਂ ਨੇ ਪ੍ਰਾਰਥਨਾ ਕਰਨ ਦੇ ਵਾਸਤੇ ਕਿਹਾ ਹੈ। ਭਾਈ ਕਸ਼ਮੀਰ ਹੋਣਾ ਨੇ ਇੱਕ ਭੈਣ ਪਿੰਕੀ ਦੇ ਲਈ ਪ੍ਰਾਰਥਨਾ ਕਰਨ ਵਾਸਤੇ ਕਿਹਾ। ਉਸ ਭੈਣ ਨੂੰ ਖੁਦਾ ਦੇ ਤਖ਼ਤ ਦੇ ਅੱਗੇ ਲੈ ਕੇ ਆਉਂਦੇ ਹਾਂ, ਉਹਦੇ ਲਈ ਖੁਦਾ ਦੀ ਸ਼ਿਫਾ ਨੂੰ ਔਰ ਉਹਦੇ ਆਨੰਦ ਨੂੰ ਮੰਗਦੇ। ਪਾਸਟਰ ਪੰਨੂ ਦੇ ਲਈ ਜੋ ਜ਼ਿੰਦਗੀ ਮੌਤ ਨਾਲ ਲੜ ਰਹੇ ਆ, ਉਹਨਾਂ ਦੇ ਲਈ ਵੀ ਖੁਦਾ ਦੇ ਅਨੁਗ੍ਰਹਿ ਨੂੰ ਅਸੀਂ ਯੱਸੂ ਦੇ ਨਾਮ ਦੇ ਵਿੱਚ ਮੰਗਦੇ। ਭਾਈ ਪਿੰਟੂ ਦੇ ਲਈ, ਭਾਈ ਬਾਦਸ਼ਾਹ ਦੇ ਲਈ, ਸਿਸਟਰ ਅਨੀਤਾ ਦੀ ਮੰਮੀ ਹੋਣਾਂ ਦੇ ਲਈ, ਭਾਈ ਕਮਲਜੀਤ ਦੇ ਬੇਟੇ ਦੇ ਲਈ, ਬੇਟੀ ਮਨਰੀਤ ਦੇ ਲਈ, ਔਰ ਚੰਡੀਗੜ੍ਹ ਤੋਂ ਇੱਕ ਫੈਮਿਲੀ ਸਿਸਟਰ ਸੀਮਾ, ਉਹਦੇ ਪਤੀ ਦੇ ਲਈ, ਉਹਦੇ ਬੱਚੇ ਦੇ ਲਈ, ਉਹਦੇ ਸਾਰੇ ਪਰਿਵਾਰ ਦੇ ਲਈ ਖੁਦਾ ਤੋਂ ਉਹਦੇ ਵੱਡੇ ਅਨੁਗ੍ਰਹਿ ਮੰਗਦੇ ਹਾਂ। ਇਹਨਾਂ ਸਾਰੇ ਲੋਕਾਂ ਨੂੰ ਹੈ ਖੁਦਾਵੰਦ ਖੁਦਾ ਤੇਰੇ ਤਖ਼ਤ ਦੇ ਅੱਗੇ ਲੈ ਕੇ ਆਉਂਦੇ ਹਾਂ। ਖੁਦਾ ਸਾਡੇ ਵਿੱਚ ਭਾਈ ਜੋ ਫੌਜ ਤੋਂ ਰਿਟਾਇਰ ਨੇ, ਉਹਨਾਂ ਦੀ ਮੰਮੀ ਵੀ ਕੈਂਸਰ ਦੇ ਨਾਲ ਲੜ ਰਹੇ ਨੇ, ਔਰ ਖੁਦਾ ਉਹਨਾਂ ਨੂੰ ਫਤਿਹਮੰਦ ਬਣਾਵੇ ਔਰ ਉਹ ਉਸ ਬਿਮਾਰੀ ਦੇ ਉੱਤੇ ਜੈ ਪਾ ਸਕੇ। ਉਹਦੀ ਵੀ ਇਲਤਜਾ ਨੂੰ ਖੁਦਾ ਦੇ ਹਜ਼ੂਰ ਲੈ ਕੇ ਆਉਂਦੇ ਹਾਂ। ਹੋਰ ਵੀ ਜਿੰਨੇ ਲੋਕਾਂ ਨੇ ਪ੍ਰਾਰਥਨਾ ਕਰਨ ਵਾਸਤੇ ਕਿਹਾ, ਨਾਮ ਬਨਾਮ ਸਭ ਨੂੰ ਖੁਦਾ ਦੇ ਤੱਕ ਦੇ ਕੇ ਲੈ ਕੇ ਆਉਂਦੇ ਹਾਂ। ਸਿਸਟਰ ਕੁਲਦੀਪ, ਉਹਦੇ ਪਰਿਵਾਰ ਨੂੰ, ਉਹਦੇ ਪਤੀ ਨੂੰ ਜੋ ਝੂਠੇ ਕੇਸ ਦੇ ਵਿੱਚ ਉਹਦਾ ਸਾਹਮਣਾ ਕਰ ਰਹੇ ਆ, ਉਹਨਾਂ ਨੂੰ ਵੀ ਖੁਦਾ ਨੂੰ ਖੁਦਾ ਆਪਣੀ ਵੱਡੀ ਕਿਰਪਾ ਨੂੰ ਦਿਖਾਵੇ ਉਹਨਾਂ ਦੇ ਜੀਵਨ ਦੇ ਵਿੱਚ, ਉਹਦੀ ਰਹਿਮਤ ਇਹਨਾਂ ਸਾਰੇ ਲੋਕਾਂ ਦੇ ਉੱਤੇ ਬਣੀ ਰਹੇ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਸੂ ਦੇ ਨਾਮ ਦੇ ਵਿੱਚ। ਆਮੀਨ, ਹਾਲੇਲੂਇਆ। ਅਸੀਂ ਇਸੇ ਤਰ੍ਹਾਂ ਬੈਠ ਜਾਵਾਂਗੇ ਅੱਜ। ਤੁਸੀਂ ਦੱਸੋ,
ਤੁਸੀਂ ਦੱਸੋ ਸ਼ਮੀਨਾ ਦਾ, ਸੁਨੀਤਾ, ਨਿੱਕੀ ਦਾ, ਨਿੱਕੀ ਦਾ ਬੇਟਾ। ਹਾਲੇ ਵੀ ਪੱਟੀ ਖਾਨਦਾਨ ਦੇ ਵਿੱਚ ਖੁਦਾਵਾਂ ਖੁਦਾ ਨੇ ਬੜੀਆਂ